ਸਾਂਝ ਪਾਉਣੇ ਔਰ ਪਿੰਡ ਸਿੰਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀ ਸਾਨੂੰ ਬਹੁਤ ਸਾਰਾ ਸਾਥ ਸਹਿਯੋਗ ਦਿੰਦੇ ਆ ਨਾਲ ਹੀ ਜੇ ਗੱਲ ਕਰੀਏ ਤਾਂ ਸਾਡੇ ਸਪੌਂਸਰਾਂ ਦੇ ਵਿੱਚ ਬਾਈ ਜਸਵਿੰਦਰ ਸਿੰਘ ਮਿਸੀਸਿਪੀ ਤੇ ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਸਹਿਯੋਗ ਉਹਨਾਂ ਦਾ ਵੀ ਬਹੁਤ ਆ ਤੇ ਸਹਿਯੋਗ ਸੋਡਾ ਵੀ ਘੱਟ ਨਹੀਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਧੰਨਵਾਦ ਕਰਦੇ ਹਾਂ ਜੈ ਸਿੰਘ ਛਿਬਰ ਹੋਰਾਂ ਦਾ ਜਿਹੜੇ ਇਸ ਵਕਤ ਆਪਣੇ ਨਾਲ ਚੰਡੀਗੜ੍ਹ ਤੋਂ ਜੁੜੇ ਆ ਜੀ ਛਿਬਰ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਨਿੱਘੀ ਮੋਹ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਔਰ ਛਿਬਰ ਸਾਹਿਬ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਆਪਦਾ ਯੂਟਿਊਬ ਚੈਨਲ ਬਣਾਇਆ ਕਹਿੰਦੇ ਉਹ ਵੀ ਕਹਿੰਦੇ ਮੈਂ ਫੱਟੇ ਚੱਕ ਦੂੰ ਉਧਰੋਂ ਮਨਦੀਪ ਮਾਨਾ ਉਹ ਜਾਗੋ ਪੰਜਾਬ ਦੇ ਨਾਂ ਦੇ ਉੱਤੇ ਕਹਿੰਦਾ ਜੀ ਇਹਦੇ ਨਾਲ ਜੁੜੋ ਤੀਸਰੇ ਪਾਸੇ ਰਾਜਾ ਵੜਿੰਗਾ ਉਹ ਵੀ ਕੋਈ ਪੰਜਾਬ ਦੇ ਵਾਸਤੇ ਚੈਨਲ ਬਣਾ ਰਿਹਾ ਇਹ ਯੂਟਿਊਬ ਤੇ ਚੱਲਣਾ ਜੀ ਸਾਰਾ ਕੰਮ ਕਿ ਹੁਣ ਗਰਾਊਂਡ ਲੈਵਲ ਤੇ ਵੀ ਹੋਊਗਾ ਦੇਖੋ ਜੀ ਨਵਜੋਤ ਸਿੱਧੂ ਵੱਲੋਂ ਜਿਹੜਾ ਯੂਟਿਊਬ ਚੈਨਲ ਬਣਾਇਆ ਜਿਹਦੀ ਤੁਸੀਂ ਗੱਲ ਕਰਦੇ ਆ ਵੀ ਜਿੱਤੇਗਾ ਪੰਜਾਬ ਜੀ ਗੱਲ ਪਹਿਲਾਂ ਇਹ ਰਾਜਨੀਤੀ ਦੀ ਕਰਦੇ ਆ ਫਿਰ ਆਪਾਂ ਗੱਲ ਕਰਾਂਗੇ ਵੀ ਜਿਹੜੇ ਯੂਟਿਊਬ ਪਰ ਚੈਨਲ ਬਣਾ ਰਿਹਾ ਰਾਜਾ ਬੜਿੰਗ ਜਾਂ ਮੰਨਾ ਜਾਂ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਆਗੂ ਜਿਹੜੇ ਹੋਰ ਵੀ ਫੇਸਬੁੱਕ ਤੇ ਜਾਂ ਯੂਟਿਊਬ ਤੇ ਇੱਦਾਂ ਚੈਨਲ ਬਣਾਉਣਗੇ ਕਿਉਂਕਿ ਹੁਣ ਇਹ ਇੱਕ ਰਾਜਨੀਤਿਕ ਆਗੂਆਂ ਨੂੰ ਵਧੀਆ ਇੱਕ ਸੌਖਾ ਢੰਗ ਤਰੀਕਾ ਲੱਭ ਵੀ ਰਿਹਾ ਗੱਲ ਜਿਹੜੀ ਅੱਜ ਨਵਜੋਤ ਸਿੱਧੂ ਹੋਰਾਂ ਵੱਲੋਂ ਜਿੱਤੇਗਾ ਪੰਜਾਬ ਦੇ ਵਿੱਚ ਜਿਹੜੀ ਅੱਜ ਦੂਜੀ ਜਿਹੜੀ ਵੀਡੀਓ ਪਾਈ ਆ ਅੱਜ ਉਨ੍ਹਾਂ ਨੇ ਇੱਕ ਤਰ੍ਹਾਂ ਦਾ ਧਰਮ ਯੁੱਧ ਜਿਹੜਾ ਐਲਾਨ ਕੀਤਾ ਹੈ ਧਰਮ ਯੁੱਧ ਐਲਾਨ ਕਰਨ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਨਵਜੋਤ ਸਿੱਧੂ ਹੁਣ ਕਾਂਗਰਸ ਵਿੱਚ ਲੰਬਾ ਸਮਾਂ ਟੀਕੇ ਨਹੀਂ ਰਹਿ ਸਕਦੇ ਕਿਉਂਕਿ ਜਿਹੜੀਆਂ ਉਨ੍ਹਾਂ ਨੇ ਅੱਜ ਗੱਲਾਂ ਕੀਤੀਆਂ ਕਿ ਪਿਛਲੇ ਜਿਹੜੇ 15 ਸਾਲਾਂ ਤੋਂ ਉਨ੍ਹਾਂ ਵੱਲੋਂ 3 ਸਰਕਾਰਾਂ ਦਾ ਢੰਗ ਤਰੀਕਾ ਕੰਮਕਾਰ ਕਾਰਜਸ਼ੈਲੀ ਦੇਖੀ ਗਈ ਪਰ ਇਹ ਜਿਹੜੀਆਂ 3 ਸਰਕਾਰਾਂ ਦੀ ਕਾਰਗੁਜ਼ਾਰੀ ਦੇ ਵਿੱਚ ਉਹ ਆਪਣੇ ਆਪ ਨੂੰ ਕਿਤੇ ਖੜ ਨਹੀਂ ਪਾ ਸਕੇ ਟਿਕ ਨਹੀਂ ਸਕੇ ਕਿਉਂਕਿ ਜੋ ਸਰਕਾਰਾਂ ਦੇ ਵਿੱਚ ਜਿਹੜਾ ਸਿਸਟਮ ਆ ਉਹ ਬਹੁਤ ਹੀ ਵਿਗੜ ਚੁੱਕਿਆ ਲੋਕਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਲੋਕਾਂ ਦੇ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਹ ਪੂਰੇ ਨਹੀਂ ਕੀਤੇ ਜਾ ਰਹੇ ਕਿਤੇ ਨਾ ਕਿਤੇ ਜਿਹੜੀ ਉਨ੍ਹਾਂ ਨੇ ਅੱਜ ਇਹ ਗੱਲ ਕਹੀ ਹੈ ਕਿ 15 ਸਾਲਾਂ ਦੌਰਾਨ 3 ਸਰਕਾਰਾਂ ਦੇ ਵਿੱਚ ਉਨ੍ਹਾਂ ਨੂੰ ਇੱਕ ਜਿਹੜਾ ਦੈਂਤ ਆ ਭ੍ਰਿਸ਼ਟਾਚਾਰ ਰੂਪੀ ਜਾਂ ਤੁਸੀਂ ਕਹੋ ਕਰਪਸ਼ਨ ਰੂਪੀ ਸਿਸਟਮ ਦੇ ਵਿੱਚ ਕਹਿੰਦਾ ਮੈਨੂੰ ਇੱਕ ਦੈਂਤ ਵਾਰ ਵਾਰ ਆਵਾਜ਼ਾਂ ਮਾਰ ਰਿਹਾ ਸੀ ਉਹ ਦੈਂਤ ਮੈਨੂੰ ਕਹਿ ਰਿਹਾ ਸੀ ਕਿ ਜਾਂ ਤਾਂ ਤੁਸੀਂ ਮੇਰੇ ਪਾਸੇ ਆ ਜਾ ਮੇਰੇ ਨਾਲ ਆ ਕੇ ਰਲ ਜਾ ਮੇਰੇ ਨਾਲ ਜੋ ਤੂੰ ਮਿਲੇਗਾ ਤਾਂ ਹਰ ਤਰ੍ਹਾਂ ਦੇ ਸੁੱਖ ਲਾਭ ਮੌਜ ਹਰ ਤਰ੍ਹਾਂ ਦੇ ਤੈਨੂੰ ਬੱਲੇ ਬੱਲੇ ਹੋਵੇਗੀ ਪੂਰਾ ਸਿਸਟਮ ਹੋ ਗਿਆ ਪਰ ਇੱਕ ਮੇਰਾ ਮਨ ਕਹਿ ਰਿਹਾ ਸੀਗਾ ਵੀ ਨਹੀਂ ਇਸ ਦੈਂਤ ਨਾਲ ਨਹੀਂ ਰਲਣਾ ਮੈਂ ਆਪਣਾ ਵੱਖਰਾ ਰਸਤਾ ਚੱਲਣਾ ਇਸ ਕਰਕੇ ਉਨ੍ਹਾਂ ਨੂੰ ਇਹ ਜਿਹੜੀ ਰਾਜਨੀਤੀ ਆ ਮੌਜੂਦਾ ਰਾਜਨੀਤੀ ਆ ਕਿਤੇ ਰਾਸ ਨਹੀਂ ਆ ਰਹੀ ਤੇ ਜਿਹੜਾ ਉਹ ਆਪਣੇ ਆਪ ਨੂੰ ਇੱਕ ਆਦਰਸ਼ ਪੰਜਾਬ ਆ ਜਿਹੜਾ ਉਹਦੇ ਪਾਸੇ ਚੁਣਨਾ ਚਾਹੁੰਦਾ ਆਦਰਸ਼ ਪੰਜਾਬ ਆ ਜਿਹੜਾ ਬਣਾਉਣਾ ਚਾਹੁੰਦਾ ਪੰਜਾਬ ਦੇ ਲੋਕਾਂ ਦੀਆਂ ਪੰਜਾਬ ਦੇ ਵਾਸੀਆਂ ਦੀਆਂ ਆਵਾਜ਼ ਬਣਨਾ ਚਾਹੁੰਦਾ ਉਨ੍ਹਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਆ ਕਿ ਮੈਂ ਪੰਜਾਬੀਆਂ ਨੂੰ 2 ਰਾਹ ਵਿਖਾਉਣਾ ਚਾਹੁੰਦਾ ਜਿਹੜਾ ਸੂਬੇ ਤੇ ਕਰੋੜਾਂ ਰੁਪਇਆ ਪੰਜਾਬ ਦੇ ਸਿਰ ਚੜਿਆ ਹੋਇਆ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਉੱਤੇ ਲੁੱਟਿਆ ਪੰਜਾਬ ਨੂੰ ਕੁੱਟਿਆ ਇਸ ਕਰਕੇ ਤੁਸੀਂ ਮੇਰੇ ਨਾਲ ਜੁੜੋ ਉਹਨੇ ਸਿੱਧਾ ਮਤਲਬ ਧਰਮ ਯੁੱਧ ਜਿਣ ਕੇ ਐਲਾਨ ਕਰਤਾ ਕਿ ਹੁਣ ਤੁਸੀਂ ਮੇਰੇ ਨਾਲ ਜੁੜੋ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਨਵਜੋਤ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇੱਕ ਅਲੱਗ ਪਾਰਟੀ ਵੀ ਬਣਾ ਸਕਦਾ ਹਾਲਾਂਕਿ ਉਨ੍ਹਾਂ ਨੇ ਕੀ ਮਤਲਬ ਆਪਣੀ ਸਿਆਸਤ ਆ ਜਿਹੜੀ ਉਨ੍ਹਾਂ ਦੀ ਕਿਸ ਪਾਸੇ ਕਰਵਟ ਲਵੇਗੀ ਇਹ ਤਾਂ ਸਮਾਂ ਦੱਸੂਗਾ ਪਰ ਜਿਵੇਂ ਅੱਜ ਉਨ੍ਹਾਂ ਨੇ ਜਿਹੜੀ ਦੂਜੀ ਵੀਡੀਓ ਜਾਰੀ ਕੀਤੀ ਆ ਉਹ ਤੋਂ ਇਹੀ ਸਪਸ਼ਟ ਸੰਕੇਤ ਮਿਲਦੇ ਆ ਕਿ ਉਹ ਅਲੱਗ ਮਤਲਬ ਆਪਣਾ ਧੜਾ ਬਣਾ ਸਕਦਾ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਰਲ ਕੇ ਇਲੈਕਸ਼ਨ ਲੜ ਸਕਦਾ ਕਿਉਂਕਿ ਕੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਜਦੋਂ ਆਪਣੇ 3 ਸਾਲ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਦਿਆਂ ਪੱਤਰਕਾਰਾਂ ਨੇ ਇਹ ਸਵਾਲ ਉਨ੍ਹਾਂ ਨੂੰ ਪੁੱਛਿਆ ਸੀਗਾ ਕਿ ਨਵਜੋਤ ਸਿੱਧੂ ਚੁੱਪ ਬੈਠਾ ਘਰ ਬੈਠਾ ਸ਼ਾਂਤ ਬੈਠਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਇਹੀ ਗੱਲ ਕਹੀ ਗਈ ਸੀ ਵੀ ਨਵਜੋਤ ਸਿੱਧੂ ਨੂੰ ਮੈਂ ਜਦੋਂ 2 ਸਾਲ ਦਾ ਸੀਗਾ 2 ਸਾਲ ਦੀ ਉਮਰ ਦਾ ਸੀ ਉਦੋਂ ਤੋਂ ਮੈਂ ਉਨ੍ਹਾਂ ਨੂੰ ਜਾਣਦਾ ਆ ਰਿਹਾ ਉਹ ਪੱਕੇ ਕਾਂਗਰਸ ਨੇ ਤੇ ਕਾਂਗਰਸ ਦਾ ਇੱਕ ਹਿੱਸਾ ਨੇ ਤੇ ਆਉਣ ਵਾਲੇ ਸਮੇਂ ਚ ਉਹ ਕਾਂਗਰਸ ਦੇ ਨਾਲ ਚੱਲਣਗੇ ਅਜੇ 2 ਦਿਨ ਨਹੀਂ ਬੀਤੇ ਕਿ ਨਵਜੋਤ ਸਿੱਧੂ ਨੇ ਇੱਕ ਨਵਾਂ ਮਤਲਬ ਜਿਹੜਾ ਰਾਜਨੀਤਿਕ ਸੱਪ ਕੱਢ ਕੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਦੂਸਰੇ ਜਿਹੜੇ ਵਿਰੋਧੀ ਤੇ ਉਨ੍ਹਾਂ ਨੂੰ ਇੱਕ ਤਰ੍ਹਾਂ ਦਾ ਘੇਰਨ ਦਾ
ਮਤਲਬ ਘੇਰਦੇ ਹੋਏ ਇੱਕ ਚੁਣੌਤੀ ਦਿੱਤੀ ਹੈ ਕਿ ਉਹ ਆਪਣਾ ਇੱਕ ਅਲੱਗ ਜਿਹੜਾ ਰਸਤਾ ਉਹ ਚੁਣ ਕੇ ਚੱਲਣਗੇ ਤੇ ਉਹਨਾਂ ਦਾ ਜਿਹੜਾ ਰਸਤਾ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਾਫਲਾ ਹੋਰ ਵੱਧਦਾ ਜਾਵੇਗਾ। ਇਸੇ ਕਰਕੇ ਉਹਨਾਂ ਨੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਸੱਦਾ ਦਿੱਤਾ ਕਿ ਖੁਸ਼ਹਾਲ ਪੰਜਾਬ ਬਣਾਉਣ ਵਾਸਤੇ ਹਰ ਪੰਜਾਬੀ ਦਾ ਸੁਪਨਾ ਸਾਕਾਰ ਕਰਨ ਲਈ ਜਦੋਂ ਤੱਕ ਜਿਹੜੀ ਲੜਾਈ ਆ ਲੜੀ ਜਾਵੇਗੀ ਜਦੋਂ ਤੱਕ ਇਹ ਸੁਪਨੇ ਜਿਹੜੇ ਪੂਰੇ ਨਹੀਂ ਹੁੰਦੇ। ਉਹਨਾਂ ਲੋਕਾਂ ਨੂੰ ਮਤਲਬ ਇਹੀ ਗੱਲ ਕਹੀ ਆ ਕਿ ਪੰਜਾਬ ਤੇ ਜਿਹੜੀਆਂ ਸਮੇਂ ਸਮੇਂ ਤੇ ਆਫ਼ਤਾਂ ਆਈਆਂ ਨੇ ਦੁੱਖ ਆਏ ਨੇ ਇਹ ਸਿਸਟਮ ਨਾਲ ਲੜਨ ਵਾਸਤੇ ਹਰ ਪੰਜਾਬੀ ਨੂੰ ਲੜਨਾ ਪਵੇਗਾ ਤਾਂ ਹੀ ਪੰਜਾਬੀਆਂ ਦੀ ਜਿੱਤ ਹੋਵੇਗੀ। ਉਹਨਾਂ ਨੇ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਇੱਕ ਸੁਨੇਹਾ ਦਿੱਤਾ ਹੈ ਸੱਦਾ ਦਿੱਤਾ ਹੈ ਅਪੀਲ ਵੀ ਕੀਤੀ ਹੈ ਕਿ ਪੰਜਾਬ ਆ ਜਿਹੜਾ ਬਿਲਕੁਲ ਜਿੱਤੇਗਾ ਖੁਸ਼ਹਾਲ ਵੀ ਪੰਜਾਬ ਹੋਵੇਗਾ ਕਰਜ਼ਾ ਮੁਕਤ ਵੀ ਪੰਜਾਬ ਹੋਵੇਗਾ ਵੀ ਲੋੜ ਆ ਇੱਕ ਨੀਤੀਬੱਧ ਯੋਜਨਾਬੱਧ ਢੰਗ ਨਾਲ ਪੰਜਾਬ ਦੀ ਅਗਵਾਈ ਕਰਨ ਦੀ ਪੰਜਾਬ ਦੀ ਰਹਿਨਮਾਈ ਕਰਨ ਦੀ। ਉਹਨਾਂ ਕਿਹਾ ਕਿ ਹੁਣ ਤਾਂ ਅੱਤ ਹੋ ਗਈ ਅੱਤ ਤੇ ਖੁਦਾ ਦਾ ਬੈਰ ਆ ਸੋ ਹੁਣ ਪੰਜਾਬ ਦੀ ਸੂਰਤ ਪੰਜਾਬ ਦੀ ਦਿੱਖ ਪੰਜਾਬ ਦੀ ਦਿਸ਼ਾ ਪੰਜਾਬ ਦੀ ਦਸ਼ਾ ਬਦਲਣੀ ਆ ਇਸ ਲਈ ਸਿਸਟਮ ਨੂੰ ਬਦਲਣ ਵਾਸਤੇ ਪੰਜਾਬ ਦੇ ਨੂੰ ਮੁੜ ਖੁਸ਼ਹਾਲ ਸੂਬਾ ਬਣਾਉਣ ਵਾਸਤੇ ਤੁਹਾਨੂੰ ਜਿਹੜਾ ਧਰਮ ਯੁੱਧ ਆ ਇਹ ਇੱਕ ਲੜਨਾ ਪਵੇਗਾ ਕਿਉਂਕਿ ਉਹਨਾਂ ਨੇ ਪਹਿਲੀ ਜਿਹੜੀ ਵੀਡੀਓ ਪਾਈ ਸੀਗੀ ਸ਼ੇਅਰ ਕੀਤੀ ਸੀ ਉਦੋਂ ਵੀ ਇਹੀ ਗੱਲ ਕੀਤੀ ਸੀ ਕਿ ਕਿਤੇ ਨਾ ਕਿਤੇ ਜਿਹੜਾ ਪੰਜਾਬ ਆ ਅੱਜ ਉਹਨਾਂ ਨੇ ਜਿਹੜੀ ਪੰਜ ਪਰਿਵਾਰਾਂ ਦੀ ਗੱਲ ਕੀਤੀ ਸੀਗੀ ਕਿ ਪੰਜਾਬ ਨੂੰ ਪੰਜ ਪਰਿਵਾਰਾਂ ਨੇ ਬੁਰੀ ਤਰ੍ਹਾਂ ਕੰਗਾਲ ਕੀਤਾ ਪੰਜਾਬ ਨੂੰ ਲੁੱਟਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਪੰਜਾਬ ਦੀ ਰਾਜਨੀਤੀ ਆ ਉਹ ਦੋ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਰਹੀ ਆ ਤੇ ਉਹਨਾਂ ਪਾਰਟੀਆਂ ਦੇ ਵਿੱਚ ਜਿਹੜੇ ਚਾਰ ਪੰਜ ਜਿਹੜੇ ਪਰਿਵਾਰ ਆ ਪੰਜ ਵੀ ਹੋ ਸਕਦੇ ਸੱਤ ਵੀ ਹੋ ਸਕਦੇ ਆ ਹਾਲਾਂਕਿ ਸਿੱਧੂ ਨੇ ਪੰਜ ਪਰਿਵਾਰਾਂ ਦੀ ਗੱਲ ਕੀਤੀ ਆ ਉਹੀ ਪਰਿਵਾਰ ਆ ਉਹੀ ਜਿਹੜੀ ਕਨੂਬਾ ਪ੍ਰਸਤੀ ਆ ਉਹੀ ਵੱਧਦੀ ਜਾ ਰਹੀ ਆ ਉਹੀ ਖੁਸ਼ਹਾਲ ਹੁੰਦੀ ਜਾ ਰਹੀ ਆ ਜਦੋਂ ਕਿ ਪੰਜਾਬ ਆ ਜਿਹੜਾ ਲਗਾਤਾਰ ਆ ਜਾਣੀ ਕਿ ਘਾਟੇ ਵਾਲੇ ਪਾਸੇ ਜਾ ਰਿਹਾ ਪੰਜਾਬ ਦੀ ਜਿਹੜੀ ਦਸ਼ਾ ਤੇ ਦਿਸ਼ਾ ਉਹ ਲਗਾਤਾਰ ਵਿਗੜਦੀ ਜਾ ਰਹੀ ਆ ਇਸੇ ਕਰਕੇ ਨਵਜੋਤ ਸਿੱਧੂ ਵੱਲੋਂ ਆਪਣਾ ਇੱਕ ਵੱਖਰਾ ਰਸਤਾ ਇਹ ਕਿਤੇ ਨਾ ਕਿਤੇ ਚੁਣਿਆ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂ ਕੈਪਟਨ ਦੇ ਜਿਹੜੀ ਅਗਵਾਈ ਵਾਲੀ ਸਰਕਾਰ ਆ ਉਹਦੇ ਵਿੱਚ ਕਿਤੇ ਨਾ ਕਿਤੇ ਨਵਜੋਤ ਸਿੱਧੂ ਦੀ ਜਿਹੜੀ ਗੱਲ ਆ ਉਹ ਸੁਣੀ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਨੇ ਆਪਣੀ ਗੱਲ ਸੁਣਾਉਣ ਵਾਸਤੇ ਇੱਕ ਜਿਹੜਾ ਇਹ ਚੈਨਲ ਨਵਾਂ ਸ਼ੁਰੂ ਕੀਤਾ ਇਹ ਚੈਨਲ ਸ਼ੁਰੂ ਕਰਨ ਦੀ ਗੱਲ ਹੈ ਜਿਵੇਂ ਕਿ ਤੁਸੀਂ ਰਾਜਾ ਬੜਿੰਗ ਦੀ ਗੱਲ ਕੀਤੀ ਆ ਜਾਂ ਮੰਨਾ ਦੀ ਗੱਲ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਸਿੱਧੂ ਸਾਹਿਬ ਹੋਰ ਵੀ ਚੈਨਲ ਬਣਨਗੇ ਉਹਦੇ ਦੋ ਮੇਜਰ ਕਾਰਨ ਨੇ ਇੱਕ ਤਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿਉਂਕਿ ਹਰ ਗੱਲ ਹੈ ਜਿਹੜੀ ਮਿੰਟੋ ਸਕਿੰਟਾਂ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਜਦੋਂ ਵੀ ਕੋਈ ਘਟਨਾ ਘਟਦੀ ਆ ਕੋਈ ਨਾ ਕੋਈ ਇੱਕਦਮ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਦੂਜਾ ਜਿਹੜੀ ਮੀਡੀਆ ਦੀ ਕ੍ਰੈਡੀਬਿਲਟੀ ਆ ਉਹ ਹੁਣ ਭਰੋਸੇ ਯੋਗਤਾ ਮੀਡੀਆ ਦੀ ਨਹੀਂ ਰਹੀ ਕਿਉਂਕਿ ਅੱਜ ਪੰਜਾਬ ਦੇਸ਼ ਦੇ ਵਿੱਚ ਇੱਕ ਨਵਾਂ ਨਾਂ ਹੈ ਜਿਹੜਾ ਮੀਡੀਆ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਮੰਨਿਆ ਜਾਂਦਾ ਹੈ ਮੀਡੀਆ ਜਿਹਦੇ ਵਿੱਚ ਹਮੇਸ਼ਾ ਲੋਕਾਂ ਨੂੰ ਇੱਕ ਆਸ ਦੀ ਉਮੀਦ ਦੀ ਇੱਕ ਕਿਰਨ ਦਿਖਦੀ ਸੀ ਕਿ ਜੇਕਰ ਕਿਸੇ ਪਾਸੇ ਕਿਸੇ ਦੀ ਵੀ ਕੋਈ ਗੱਲ ਨੀਤੀ ਸੁਣੀ ਜਾਂਦੀ ਤਾਂ ਉਹ ਜੁਡੀਸ਼ੀਅਲ ਵਿੱਚ ਜਾਣ ਤੋਂ ਪਹਿਲਾਂ ਆਪਣੇ ਮੀਡੀਆ ਕੋਲ ਆ ਕੇ ਦੁੱਖ ਰੋਂਦਾ ਸੀਗਾ ਜਾਂ ਮੀਡੀਆ ਦੇ ਸਾਹਮਣੇ ਉਹ ਗੱਲ ਲਿਆਉਂਦਾ ਸੀਗਾ ਤਾਂ ਕਿ ਲੋਕਾਂ ਦੇ ਸਾਹਮਣੇ ਸੱਚ ਆ ਸਕੇ ਤੇ ਸਰਕਾਰਾਂ ਜਿਹੜੀਆਂ ਇਸ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਸਰਕਾਰਾਂ ਜਾਗ ਜਾਣ ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਇੱਕ ਨਵਾਂ ਨਾਂ ਹੈ ਜਿਹੜਾ ਉਹ ਚੱਲ ਰਿਹਾ ਉਹ ਹੈਗਾ ਗੋਦੀ ਮੀਡੀਆ ਇਸ ਕਰਕੇ ਇਹ ਜਿਹੜਾ ਵਿਸ਼ੇਸ਼ ਮੀਡੀਆ ਦੇ ਵਿੱਚ ਕੁਝ ਲੋਕ ਸਾਰਾ ਨੀ ਕੁਝ ਲੋਕ ਤੇ ਜਿਨ੍ਹਾਂ ਨੇ ਮੀਡੀਆ ਨੂੰ ਬਦਨਾਮ ਕਰਤਾ ਤੇ ਲੋਕਾਂ ਨੂੰ ਇੱਕ ਗੋਦੀ ਮੀਡੀਆ ਦਾ ਨਾਮ ਦੇਣਾ ਪਿਆ ਇਸ ਕਰਕੇ ਉਹਨਾਂ ਵਿੱਚ ਜਿਹੜੇ ਮਤਲਬ ਜਿਹੜੇ ਸਿਆਸੀ ਆਗੂ ਤੇ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਘਸਾਉਣ ਵਾਸਤੇ ਸਿਆਸੀ ਵਿਰੋਧੀਆਂ ਨੂੰ ਰਗੜਨ ਵਾਸਤੇ ਸਿਆਸੀ ਵਿਰੋਧੀਆਂ ਨੂੰ ਕਿਨਾਰਾ ਕਰਨ ਵਾਸਤੇ ਉਹਨਾਂ ਨੂੰ ਹਰਾਉਣ ਵਾਸਤੇ ਜਾਂ ਉਹਨਾਂ ਨੂੰ ਬਦਨਾਮ ਕਰਕੇ ਇੱਕ ਖਾਸ ਕਿਸਮ ਦੀਆਂ ਜਿਹੜੀਆਂ ਰਿਪੋਰਟਾਂ ਸੀਗੀਆਂ ਉਹ ਪੇਸ਼ ਕੀਤੀਆਂ ਜਾਂਦੀਆਂ ਸੀਗੀਆਂ ਜਾਂ ਜਿਹੜੀ ਬਿਆਨ ਆ ਉਹਨਾਂ ਨੂੰ ਕੱਟ ਕਟਾ ਕੇ ਪੇਸ਼ ਕੀਤਾ ਜਾਂਦਾ ਸੀਗਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਉਹ ਜਿਹੜਾ ਆਗੂ ਆ ਉਹਦੀ ਜਿਹੜੀ ਛਵੀ ਆ ਉਹ ਏਦਾਂ ਦੀ ਆ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਇੱਕ ਹੋਰ ਗੱਲ ਆ ਕਿਉਂਕਿ ਜਦੋਂ ਇਲੈਕਸ਼ਨ ਹੁੰਦੇ ਆ ਤਾਂ ਉਹਦੇ ਵਿੱਚ ਜਿਹੜਾ ਮੀਡੀਆ ਵੱਡੇ ਪੱਧਰ ਤੇ ਫੰਡਿੰਗ ਦੀ ਮੰਗ ਕਰਦਾ ਜਾਂ ਜਿਹੜੀਆਂ ਚੋਣਾਂ ਦੇ ਵਿੱਚ ਮੋਟੇ ਫੰਡ ਆ ਜਿਹੜੇ ਉਹ ਮੰਗੇ ਜਾਂਦੇ ਆ। ਹੁਣ ਇਹ ਜਦੋਂ ਏਦਾਂ ਦਾ ਮੀਡੀਆ ਆਵੇਗਾ ਫੇਸਬੁੱਕ ਪਰ ਤੁਸੀਂ ਲਾਈਵ ਹੋਵੋਗੇ ਜਾਂ ਆਪਣੀ ਇੰਸਟਾਗ੍ਰਾਮ ਤੇ ਆਉਂਗੇ ਸੋਸ਼ਲ ਮੀਡੀਆ ਤੇ ਆਵਾਂਗੇ ਵਟਸਐਪ ਤੇ ਆਵਾਂਗੇ ਜਾਂ ਯੂਟਿਊਬ ਤੇ ਆਵਾਂਗੇ ਆਪਣੇ ਇਹਨਾਂ ਢੰਗਾਂ ਦੇ ਨਾਲ ਤੇ ਇਹਨਾਂ ਨੂੰ ਜਿਹੜੇ ਸਿਆਸੀ ਆਗੂ ਹੋਵੋਗੇ ਉਹਨਾਂ ਨੂੰ ਪ੍ਰਚਾਰ ਕਰਨਾ ਸੌਖਾ ਹੋਵੇਗਾ ਤੇ ਕਿਤੇ ਨਾ ਕਿਤੇ ਜਿਹੜੀਆਂ
ਪੈਸੇ ਲੈ ਕੇ ਖਬਰਾਂ ਲਾਉਣ ਦੀਆਂ ਜਿਹੜੀਆਂ ਆਪਾਂ ਗੱਲਾਂ ਸੁਣਦੇ ਆ ਪੇਡ ਨਿਊਜ਼ ਆਉਂਦੀਆਂ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਤਰ੍ਹਾਂ ਠੱਲ ਵੱਜੂਗੀ ਕਿਉਂਕਿ ਜਿਹੜੀਆਂ ਪੇਡ ਨਿਊਜ਼ ਆ ਇਹਨਾਂ ਨੇ ਜਿਹੜਾ ਸਿਆਸੀ ਸਿਸਟਮ ਦੇ ਵਿਚ ਕਾਫ਼ੀ ਵੱਡਾ ਨਿਘਾਰ ਲੈਂਦਾ ਆਮ ਬੰਦਾ ਆਮ ਵਿਅਕਤੀ ਜਿਹੜਾ ਕੋਈ ਜਿਹਦੇ ਕੋਲ ਕੁਝ ਕਰਨ ਦੀ ਪੰਜਾਬ ਵਾਸਤੇ ਕੁਝ ਕਰਨ ਦੀ ਕੁਝ ਸਮਰੱਥਾ ਜਾਂ ਉਹ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਸਮਾਜ ਵਾਸਤੇ ਕੁਝ ਕਰਨਾ ਚਾਹੁੰਦਾ ਚੰਗੇ ਬੰਦੇ ਆ ਅੱਜ ਉਹ ਚੋਣ ਲੜਨ ਤੋਂ ਤੋਬਾ ਕਰ ਰਹੇ ਨੇ ਉਹ ਅੱਗੇ ਆਉਣ ਤੋਂ ਝਿਜਕ ਰਹੇ ਨੇ ਕਿਉਂਕਿ ਚੋਣ ਇੰਨੀ ਮਹਿੰਗੀ ਹੋਗੀ ਉਹ ਆਪਣੀ ਗੱਲ ਆ ਜਿਹੜੇ ਪੰਜਾਬ ਦੇ ਲੋਕਾਂ ਤੱਕ ਪੰਜਾਬ ਦੇ ਵੋਟਰਾਂ ਤੱਕ ਪਹੁੰਚਾਉਣ ਦੀ ਹੀਆ ਨਹੀਂ ਕਰ ਸਕਦੇ ਕਿਉਂਕਿ ਜਦੋਂ ਉਹ ਚੋਣਾਂ ਦਾ ਦੌਰਾਨ ਸਮਾਂ ਹੁੰਦਾ ਉਦੋਂ ਜਿਹੜੀਆਂ ਖ਼ਬਰਾਂ ਉਹਨਾਂ ਦੀਆਂ ਖ਼ਬਰਾਂ ਨਹੀਂ ਲੱਗਦੀਆਂ ਤੇ ਦੂਜੇ ਪਾਸੇ ਜਿਹੜੇ ਆ ਉਹਨਾਂ ਦਾ ਪ੍ਰਚਾਰ ਕੰਮ ਆ ਜਿਹੜੇ ਸਾਧਨ ਆ ਉਹ ਘੱਟ ਜਾਂਦੇ ਆ ਉਹਨਾਂ ਨੂੰ ਪ੍ਰਚਾਰ ਕਰਨ ਦਾ ਮੌਕਾ ਨਹੀਂ ਮਿਲਦਾ ਇਸ ਕਰਕੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਬਣਾ ਲਏ ਤੇ ਉਹਨਾਂ ਨੇ ਇਹ ਆਪਣਾ ਸੌਖਾ ਢੰਗ ਤਰੀਕਾ ਲੱਭ ਲਿਆ ਪਰ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਸੁਸਿਰਧ ਲੋਕ ਨੇ ਪੱਤਰਕਾਰ ਲੋਕ ਨੇ ਜਿਹੜਾ ਮੀਡੀਆ ਚੌਥਾ ਥੰਮ ਆ ਉਹਨਾਂ ਨੂੰ ਇਸ ਪਾਸੇ ਵੱਲ ਸੁਚੇਤ ਹੋਣ ਦੀ ਜ਼ਰੂਰਤ ਆ ਕਿਤੇ ਨਾ ਕਿਤੇ ਜੇਕਰ ਹਰੇਕ ਸਿਸਟਮ ਦੇ ਵਿਚ ਮਤਲਬ ਹਰੇਕ ਸਿਆਸੀ ਲੋਕਾਂ ਨੇ ਜਾਂ ਕਿਸੇ ਨੇ ਹਰੇਕ ਨੇ ਵੈਬ ਚੈਨਲ ਬਣਾ ਲਿਆ ਬਣਾ ਸਕਦੇ ਆ ਬਿਲਕੁਲ ਆਜ਼ਾਦ ਆ ਹਰ ਵਿਅਕਤੀ ਨੂੰ ਹੱਕ ਆ ਵੀ ਆਪਣਾ ਬਿਜ਼ਨਸ ਸ਼ੁਰੂ ਕੀਤਾ ਜਾਵੇ ਜਾਂ ਆਪਣਾ ਵੈਬ ਚੈਨਲ ਬਣਾਵੇ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਜਾਂ ਦੇਸ਼ ਦੇ ਜਿਹੜੇ ਪੱਤਰਕਾਰ ਆ ਉਹਨਾਂ ਦੇ ਭਵਿੱਖ ਵਾਸਤੇ ਵੀ ਇਹ ਖਤਰਾ ਖੜਾ ਹੋ ਸਕਦਾ ਜੀ ਜੀ ਬਿਲਕੁਲ ਤੇ ਕੋਰੋਨਾ ਦੇ ਕਰਕੇ ਕਹਿੰਦੇ ਰੇਲਵੇ ਵਾਲਿਆਂ ਨੇ 1116 ਲੱਖ ਤੋਂ ਵੱਧ ਰੁਪਈਏ ਆ ਜਿਹੜੇ ਰਿਫੰਡ ਕਰਤੇ ਜੀ ਬਿਲਕੁਲ ਜੀ ਦੇਖੋ ਜਿਹੜਾ ਕੋਰੋਨਾ ਦਾ ਜਿਹੜਾ ਇਹ ਚੱਲਦਾ ਵਾਇਰਸ ਫੈਲਿਆ ਹੋਇਆ ਪੂਰੇ ਵਿਸ਼ਵ ਦੇ ਵਿਚ 147 ਜਿਹੜੇ ਦੇਸ਼ਾਂ ਦੇ ਵਿਚ ਇਹਦਾ ਫੈਲਾਅ ਜਿਹੜਾ ਪਿਆ ਹੋਇਆ ਹੁਣ ਤਾਂ 167 ਚ ਹੋ ਗਿਆ ਜੀ ਵੱਧ ਗਿਆ ਹੋਰ ਬਿਲਕੁਲ ਜੀ ਇਹ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਤੇ ਹੁਣ ਜਿਹੜਾ ਇਹ 16,11,000 ਰੁਪਇਆ ਜਿਹੜਾ ਇਹ ਕੱਲਾ ਜਲੰਧਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹਨੂੰ ਆਪਣੇ ਜਿਹੜੇ ਯਾਤਰੀ ਸੀਗੇ ਉਹਨਾਂ ਨੂੰ ਰਿਫੰਡ ਕਰਨਾ ਪਿਆ ਕਿਉਂਕਿ ਯਾਤਰਾ ਜਿਹੜੀਆਂ ਉਹ ਰੁਕ ਰਹੀਆਂ ਨੇ ਜਾਂ ਲੋਕ ਹੁਣ ਬਾਹਰ ਜਾਣ ਤੋਂ ਡਰ ਰਹੇ ਨੇ ਕਿਉਂਕਿ ਸਰਕਾਰਾਂ ਨੇ ਵੀ ਇਹ ਐਡਵਾਇਜ਼ਰੀ ਜਾਰੀ ਕੀਤੀ ਆ ਕਿ ਘੱਟ ਤੋਂ ਘੱਟ ਬਾਹਰ ਮਤਲਬ ਨਿਕਲਿਆ ਜਾਵੇ ਉਦੋਂ ਨਿਕਲਿਆ ਜਾਵੇ ਜਦੋਂ ਤੁਹਾਨੂੰ ਬਹੁਤ ਹੀ ਅਣਸਰਦੀ ਆ ਤੁਹਾਡੀ ਵੱਡੀ ਜ਼ਰੂਰਤ ਆ ਜਾਂ ਤੁਹਾਨੂੰ ਐਮਰਜੈਂਸੀ ਕਿਤੇ ਜਾਣਾ ਪੈ ਰਿਹਾ ਜਿਹੜੇ ਲੋਕਾਂ ਨੇ ਆਪਣੀਆਂ ਟਿਕਟਾਂ ਐਡਵਾਂਸ ਵਿਚ ਬੁਕਿੰਗ ਕਰਵਾਈਆਂ ਹੋਈਆਂ ਸੀਗੀਆਂ ਉਹਨਾਂ ਜਿਹੜੀਆਂ ਆਪਣੀਆਂ ਉਹ ਟਿਕਟਾਂ ਉਹ ਵਾਪਸ ਕਰਵਾ ਰਹੇ ਨੇ ਜਿਸ ਕਰਕੇ ਇਹਨਾਂ ਨੂੰ ਜਿਹੜਾ ਰੇਲਵੇ ਆ ਉਹਨਾਂ ਨੂੰ ਇਹ ਜਿਹੜੀਆਂ ਐਡਵਾਂਸ ਦੇ ਵਿਚ ਟਿਕਟਾਂ ਸੀਗੀਆਂ ਉਹਨਾਂ ਨੂੰ ਰਿਫੰਡ ਕਰਨਾ ਪਿਆ ਜਿਹੜੇ 16,11,000 ਕੱਲੇ ਜਲੰਧਰ ਸਟੇਸ਼ਨ ਤੋਂ ਆ ਜਿਹਨਾਂ ਨੇ 10 ਮਾਰਚ ਤੱਕ ਲਗਭਗ 200 ਯਾਤਰੀਆਂ ਨੇ 1.25 ਲੱਖ ਦੇ ਕਰੀਬ ਮਤਲਬ ਰਿਫੰਡ ਕਰਾਇਆ 11 ਮਾਰਚ ਨੂੰ 1,20,120 ਯਾਤਰੀਆਂ ਨੇ 35,690 ਰੁਪਏ 12 ਮਾਰਚ ਨੂੰ 300 ਯਾਤਰੀਆਂ ਨੇ 80,000 ਦੇ ਲਗਭਗ 13 ਮਾਰਚ ਨੂੰ 300 ਯਾਤਰੀਆਂ ਨੇ 75,000 14 ਮਾਰਚ ਨੂੰ ਏਦਾਂ ਇਹ ਲੰਬੀ ਸਾਰੀ ਲਿਸਟ ਆ ਜਿਹੜੀ ਕਿ ਲਗਾਤਾਰ ਵਧਦੀ ਗਈ ਇਹ 16 ਲੱਖ ਦੇ ਕਰੀਬ ਆ ਜਿਹੜੇ ਇਹ ਰਿਫੰਡ ਹੋ ਚੁੱਕਿਆ ਦੂਜੇ ਪਾਸੇ ਰੇਲਵੇ ਸਟੇਸ਼ਨਾਂ ਦੇ ਉੱਪਰ ਲੋਕਾਂ ਦੀ ਯਾਤਰੀਆਂ ਦੀ ਜਿਹੜੀ ਆਮਦ ਆ ਉਹਨਾਂ ਦੀ ਆਵਾਜਾਈ ਨੂੰ ਘਟਾਉਣ ਵਾਸਤੇ ਕਈ ਰੇਲਵੇ ਸਟੇਸ਼ਨਾਂ ਤੇ ਜਿਹੜੀ ਪਲੇਟਫਾਰਮ ਟਿਕਟ ਆ ਉਹ ਵੀ ਵਧਾ ਦਿੱਤੀ ਗਈ ਆ ਜਿਵੇਂ ਕਿ ਦਿੱਲੀ ਤੇ ਬੰਬੇ ਜਿਹੜੇ ਹੋਰ ਵੱਡੇ ਸਟੇਸ਼ਨ ਉਸੇ 50 ਰੁਪਏ ਦੀ ਟਿਕਟ ਕਰ ਦਿੱਤੀ ਤਾਂ ਕਿ ਲੋਕ ਆ ਜਿਹੜੇ ਜਿਹੜੇ ਉਹ ਆਉਣ ਤੋਂ ਬਿਨਾਂ ਮਤਲਬ ਤੋਂ ਪਲੇਟਫਾਰਮ ਪਰ ਇਕੱਠੇ ਹੋਣ ਤੋਂ ਸੰਕੋਚ ਕਰਨ ਉਹੀ ਲੋਕ ਆਉਣ ਜਿਨ੍ਹਾਂ ਦੀ ਉਹਨਾਂ ਦੀ ਮਜਬੂਰੀ ਆ ਤਾਂ ਕਰਕੇ ਉਹਨਾਂ ਨੇ ਇਹ ਜਿਹਾ ਕਦਮ ਉਠਾਇਆ ਪੰਜਾਬ ਦੇ ਵਿਚ ਹਾਲਾਂ ਤੱਕ ਏਦਾਂ ਦੀ ਕੋਈ ਮਤਲਬ ਪਲੇਟਫਾਰਮ ਜਿਹੜੀ ਟਿਕਟ ਆ ਉਹ ਵਧਾਉਣ ਦੀ ਕਿਸੇ ਵੀ ਕੋਈ ਰਿਪੋਰਟ ਨਹੀਂ ਮਿਲੀ ਜੀ ਬਿਲਕੁਲ ਸੋ ਚਰਚਾ ਹੈਗੀ ਹੈ ਕੁਛ ਗੱਲਾਂ ਦੀ ਕੁਛ ਲੋਕ ਗੁਮਰਾਹ ਵੀ ਹੋਏ ਪਏ ਨੇ ਪਰ ਅਸੀਂ ਜਿਹੜੀ ਗੱਲ ਜਿਵੇਂ ਤੁਸੀਂ ਆਖੀ ਹੈ ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਲਿਆਉਣੀਆਂ ਕਿ ਕੁਛ ਅਫਵਾਹਾਂ ਨੇ ਕੁਛ ਸੱਚ ਨੇ ਕੁਛ ਤੱਥ ਨੇ ਇਹ ਤੋਂ ਹਟਵੀਆਂ ਵੀ ਬਹੁਤ ਸਾਰੀਆਂ ਗੱਲਾਂ ਨੇ ਤੇ ਸ਼ਿਵਰ ਸਾਹਿਬ ਜਦੋਂ ਇਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਚਰਚਾ ਕਰਦੇ ਹਾਂ ਤੇ ਫਿਰ ਹੁਣ ਆਹ ਵੀ ਗੱਲ ਹੋ ਗਈ ਕਹਿੰਦੇ ਜੀ ਕੋਈ ਵੀ ਵੀਵੀਆਈਪੀ ਬੰਦਾ ਵੀ 3 ਹਥਿਆਰ ਨਹੀਂ ਰੱਖ ਸਕੂਗਾ ਸਰੈਂਡਰ ਹੀ ਕਰਨਾ ਪਊ ਇੱਕ ਤਾਂ ਬਿਲਕੁਲ ਜੀ ਦੇਖੋ ਇਹ ਜਿਹੜੇ ਇੱਕ ਅਸਲਾ ਇੱਕ ਲਾਇਸੈਂਸ ਪਰ 3 ਹਥਿਆਰ ਰੱਖਣ ਦੀ ਮਤਲਬ ਰੱਖ ਸਕਦਾ ਕਿਸੇ ਵੀ ਤਰ੍ਹਾਂ ਦੇ ਜਿਹੜੇ 3 ਹਥਿਆਰ ਆ ਉਹ ਇੱਕ ਵਿਅਕਤੀ ਆਪਣੇ ਲੈ ਸਕਦਾ ਪਰ ਇਹਨਾਂ ਦੀ ਜਿਹੜੀ ਮੋਦੀ ਸਰਕਾਰ ਆ ਉਹਨਾਂ ਨੇ 2019 ਦੇ ਵਿਚ ਇੱਕ ਜਿਹੜਾ ਐਕਟ ਆ ਉਹਦੇ ਵਿਚ ਸੋਧ ਕੀਤੀ ਜਿਹਦੇ ਵਿਚ ਇਹ ਗੱਲ ਕੀਤੀ ਗਈ
ਕਿ ਇੱਕ ਵਿਅਕਤੀ ਆ ਹੋਣਾ ਜਿਹੜੇ ਦੋ ਹਥਿਆਰ ਹੀ ਰੱਖ ਸਕੇਗਾ। ਇਹਦੇ ਨਾਲ ਇਹ ਹੋਵੇਗਾ ਜਿਹੜਾ ਵਾਧੂ ਦਾ ਇੱਕ ਹਥਿਆਰ ਆ ਉਹ ਹੁਣ ਲੋਕਾਂ ਨੂੰ ਉੱਥੇ ਆਪਣਾ ਸਰਕਾਰ ਦੇ ਕੋਲ ਜਾਂ ਥਾਣੇ ਦੇ ਵਿੱਚ ਜਾਂ ਕਿਤੇ ਜਿਹੜਾ ਆਪਾਂ ਕਹਿ ਸਕਦੇ ਆ ਹਥਿਆਰ ਅਸਲਾ ਡੀਲਰ ਆ ਉਹਦੇ ਕੋਲ ਜਮ੍ਹਾਂ ਕਰਵਾਉਣੇ ਪੈਣਗੇ। ਪਹਿਲਾਂ ਇਹ ਗੱਲ ਹੁੰਦੀ ਸੀਗੀ ਕਿ ਜਿਹੜੇ ਅਕਸਰ ਹੁੰਦਾ ਵੀ ਜਿਹੜੇ ਆਮ ਲੋਕ ਹੁੰਦੇ ਨੇ ਜਾਂ ਥੋੜੀ ਪਹੁੰਚ ਵਾਲੇ ਹੁੰਦੇ ਨੇ ਉਹਨਾਂ ਕੋਲ ਜਿਹੜਾ ਅਸਲਾ ਹੁੰਦਾ ਉਹ ਤਾਂ ਆਪਣਾ ਜਮ੍ਹਾਂ ਕਰਵਾ ਦਿੰਦੇ ਜਦੋਂ ਕੋਈ ਬੂਟਾ ਹੋਣ ਜਾਂ ਹੋਰ। ਜਿਹੜੇ ਵੱਡੇ BVIP ਲੋਕ ਹੁੰਦੇ ਸੀ ਉਹ ਕਿਤੇ ਨਾ ਕਿਤੇ ਇਸ ਸਾਰੇ ਮਾਮਲੇ ਤੋਂ ਬਚ ਜਾਂਦੇ ਸਨ। ਪਰ ਹੁਣ ਜਿਹੜਾ ਇਹਨਾਂ ਨੇ ਨਵਾਂ ਕੇਂਦਰ ਸਰਕਾਰ ਵੱਲੋਂ ਆਰਮਜ ਅਮੈਂਡਮੈਂਟ ਐਕਟ 2019 ਲੈ ਕੇ ਆਂਦਾ ਉਹਦੇ ਵਿਚ ਇਹ ਸਾਫ਼ ਸਪਸ਼ਟ ਕਰ ਦਿੱਤਾ ਗਿਆ ਕਿ ਇੱਕ ਲਾਇਸੈਂਸ ਤੇ ਦੋ ਹਥਿਆਰ ਹੀ ਜਿਹੜੇ ਚੜਾਏ ਜਾਣਗੇ। ਇਸ ਢੰਗ ਨਾਲ ਮਤਲਬ ਤਾਂ ਲੱਖਾਂ ਦੀ ਗਿਣਤੀ ਦੇ ਵਿਚ ਜਿਹੜਾ ਹਥਿਆਰ ਆ ਉਹ ਥਾਣਿਆਂ ਦੇ ਵਿਚ ਜਾਂ ਅਸਲਾ ਡੀਲਰਾਂ ਦੇ ਕੋਲ ਜਮ੍ਹਾਂ ਹੋਣਗੇ। ਪੰਜਾਬ ਦੇ ਵਿਚ ਹੀ ਵੱਡੀ ਗਿਣਤੀ ਵਿਚ 3 ਲੱਖ ਦੇ ਕਰੀਬ ਜਿਹੜੇ ਮਤਲਬ ਹਥਿਆਰ ਆ ਉਹ ਦੱਸੇ ਜਾਂਦੇ ਨੇ ਵੀ ਪੰਜਾਬ ਦੇ ਲੋਕਾਂ ਦੇ ਕੋਲ ਜਿਹੜੇ ਹੈਗੇ ਨੇ ਜਿਹੜੇ ਅਸਲੇ ਦੇ ਮੁਤਾਬਕ ਮਤਲਬ ਅਸਲਾ ਲਾਇਸੈਂਸੀ ਆ। ਗੈਰ ਲਾਇਸੈਂਸੀ ਦਾ ਹੁਣ ਆਪਾਂ ਪਤਾ ਨੀ ਵੀ ਕਿੰਨਾ ਹੋ ਸਕਦਾ ਪਰ ਇਹ ਇੱਕ ਤਰ੍ਹਾਂ ਨਾਲ ਇਹ ਮੋਦੀ ਸਰਕਾਰ ਦਾ ਜਿਹੜਾ ਫੈਸਲਾ ਇਹਨੂੰ ਆਪਾਂ ਸ਼ੁਭ ਵੀ ਕਹਿ ਸਕਦੇ ਹਾਂ ਕਿਉਂਕਿ ਕਈ ਵਾਰੀ ਪਤਾ ਨੀ ਲੱਗਦਾ ਇੱਕ ਹਥਿਆਰ ਦੀ ਆੜ ਵਿਚ 2 ਜਾਂ 3-4 ਵੀ ਰੱਖੇ ਹੋਏ ਹੁੰਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਇਹ ਫੈਸਲਾ ਫਿਰ ਵੀ ਠੀਕ ਹੈ ਜੀ। ਤੇ ਪੰਜਾਬ ਦੇ ਹੁਣ ਕੁਛ ਕੁ ਕੈਦੀ ਛੱਡਣ ਦਾ ਮਨ ਬਣਾ ਲਿਆ ਜੀ ਸਰਕਾਰ ਨੇ ਸਿੱਧੂ ਸਾਹਿਬ? ਫਿਰ ਉੱਥੇ ਗੱਲ ਆਪਾਂ ਇਹ ਜਿਹੜਾ ਕੋਰੋਨਾ ਵਾਇਰਸ ਚੱਲ ਰਿਹਾ ਜਾਂ ਇਹ ਪੂਰਾ ਇਹਦਾ ਡਰ ਬਣਿਆ ਹੋਇਆ ਉਹਨੂੰ ਲੈ ਕੇ ਜਿਹੜੀਆਂ ਪੰਜਾਬ ਦੀਆਂ ਜੇਲਾਂ ਹੈ ਉਹ ਨੱਕੋ ਨੱਕ ਭਰੀਆਂ ਪਈਆਂ ਨੇ ਜੀ। ਉਹ ਜੇਲਾਂ ਦੇ ਵਿਚ ਸਮਰੱਥਾ ਤੋਂ ਵੱਧ ਜਿਹੜੇ ਕੈਦੀ ਰੱਖੇ ਹੋਏ ਨੇ। ਇਸ ਕਰਕੇ ਜਿਹੜੇ ਜੇਲ੍ਹ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੱਕ ਚਿੱਠੀ ਲਿਖੀ ਆ ਤੇ ਵੀ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਵਿਚ ਜਿਹੜੇ ਉਹ ਕੈਦੀ ਨੇ ਜਿਹੜੀਆਂ ਮਤਲਬ ਜਿਨ੍ਹਾਂ ਨੂੰ ਥੋੜੀ ਸਜ਼ਾ ਮਿਲੀ ਹੋਈ ਆ ਜਾਂ ਜਿਹੜਿਆਂ ਨੇ ਗੰਭੀਰ ਅਪਰਾਧ ਨਹੀਂ ਕੀਤਾ ਛੋਟੇ ਮੋਟੇ ਕੇਸਾਂ ਦੇ ਵਿਚ ਜੇਲ੍ਹਾਂ ਦੇ ਵਿਚ ਬੰਦ ਨੇ ਆਪਾਂ ਉਹਨਾਂ ਨੂੰ ਰਿਹਾ ਕਰ ਦਈਏ। ਇਸ ਤਰ੍ਹਾਂ ਦੇ ਕਰੀਬ 5800 ਦੇ ਕਰੀਬ ਜਿਹੜੇ ਲੋਕ ਆ ਜਾਂ ਕੈਦੀ ਆ ਜਾਂ ਹਵਾਦਾਤੀ ਉਹ ਬਣ ਰਹੇ ਨੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਬਾਹਰ ਭੇਜਣ ਨਾਲ ਜਾਂ ਉਹਨਾਂ ਨੂੰ ਰਿਹਾ ਕਰਨ ਨਾਲ ਜਿੱਥੇ ਜੇਲ੍ਹਾਂ ਦੇ ਵਿਚ ਮਤਲਬ ਕੈਦੀਆਂ ਦੀ ਹਵਾਦਾਤੀਆਂ ਦੀ ਸਮਰੱਥਾ ਘਟੇਗੀ ਉੱਥੇ ਜੇਲ੍ਹਾਂ ਨੂੰ ਸਾਹ ਆਵੇਗਾ। ਉੱਥੇ ਕਿਤੇ ਨਾ ਕਿਤੇ ਜਿਹੜਾ ਕੋਰੋਨਾ ਵਾਇਰਸ ਫੈਲਿਆ ਹੋਇਆ ਉਹਦੇ ਵਿਚ ਵੀ ਇਹਨਾਂ ਦਾ ਇੱਕ ਤਰ੍ਹਾਂ ਦੀ ਪੰਜਾਬ ਸਰਕਾਰ ਨੇ ਕਿਹਾ ਜੇਲ੍ਹ ਵਿਭਾਗ ਨੇ ਵੀ ਸਾਨੂੰ ਰਾਹਤ ਮਿਲ ਸਕਦੀ ਆ। ਇਸ ਕਰਕੇ ਇਹ 5800 ਜਿਹੜੇ ਕੈਦੀ ਆ ਉਹਨੂੰ ਰਿਹਾ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਵੱਡਾ ਮਸਲਾ ਹੈ। ਇਹ ਮੁੱਖ ਮੰਤਰੀ ਸਾਹਿਬ ਹਲੇ ਇਹਨੂੰ ਇੱਦਾਂ ਛੱਡ ਨਹੀਂ ਸਕਣਗੇ। ਇਹ ਮਾਮਲਾ ਜਿਹੜਾ ਛੱਡਣ ਤੋਂ ਪਹਿਲਾਂ ਇੱਕ ਕੈਬਨਿਟ ਦੀ ਮਨਜੂਰੀ ਲਈ ਜਾਵੇਗੀ, ਕੈਬਨਿਟ ਦੇ ਵਿਚ ਇਹ ਫੈਸਲਾ ਲਿਆਂਦਾ ਜਾਵੇਗਾ। ਫਿਰ ਇਸ ਦੀ ਕੈਬਨਿਟ ਫੈਸਲਾ ਆਉਣ ਤੋਂ ਬਾਅਦ ਜਿਹੜੇ ਪੰਜਾਬ ਦੇ ਰਾਜਪਾਲ ਆ ਉਹਨਾਂ ਵੱਲੋਂ ਇੱਕ ਬਕਾਇਦਾ ਜਿਹੜੀ ਮਨਜੂਰੀ ਦਿੱਤੀ ਜਾਵੇਗੀ, ਨੋਟੀਫਿਕੇਸ਼ਨ ਹੋਵੇਗਾ ਉਹਦੇ ਨਾਲ ਆ ਜਿਹੜੀ ਕਿ ਜਿਹੜੇ ਜੇਕਰ ਮੁੱਖ ਮੰਤਰੀ ਚਾਹੁਣ ਪੰਜਾਬ ਦੇ ਰਾਜਪਾਲ ਚਾਹੁਣ ਤਾਂ ਇਹ ਜਿਹੜੀ ਕੈਦੀ ਆ ਇਹਨਾਂ ਨੂੰ ਰਿਹਾ ਹੋਣ ਦਾ ਇਹਨਾਂ ਦੀ ਮਤਲਬ ਪ੍ਰਕਿਰਿਆ ਸ਼ੁਰੂ ਹੋ ਜਾਏਗੀ, ਉਹ ਰਿਹਾ ਹੋ ਸਕਦੇ ਨੇ। ਫਿਲਹਾਲ ਜਦੋਂ ਤੱਕ ਇਹ ਜਿਹੜੀ ਗਿਣਤੀ ਆ 5800 ਵੀ ਹੋ ਸਕਦੀ ਆ, ਘੱਟ ਵੀ ਹੋ ਸਕਦੀ ਆ, ਵੱਧ ਵੀ ਹੋ ਸਕਦੀ ਆ, ਪਰ ਇਹ ਮਾਮਲਾ ਸਾਰਾ ਮੁੱਖ ਮੰਤਰੀ ਦੇ ਧਿਆਨ ਦੇ ਵਿਚ ਆ ਜਾਂ ਮੁੱਖ ਮੰਤਰੀ ਨੇ ਫੈਸਲਾ ਲੈਣਾ ਬਿਨਾਂ ਮੁੱਖ ਮੰਤਰੀ ਦੀ ਮਨਜੂਰੀ ਤੋਂ ਬਿਨਾਂ ਕੈਬਨਿਟ ਦੀ ਮਨਜੂਰੀ ਤੋਂ ਇਹ ਜਿਹੜਾ ਫੈਸਲਾ ਲਿਆ ਨਹੀਂ ਜਾ ਸਕਦਾ। ਇਸੇ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਜੇਲ੍ਹ ਮੰਤਰੀ ਉਹਨਾਂ ਨੇ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖੀ ਆ ਕਿ ਆਪਾਂ ਨੂੰ ਇਹ ਫੈਸਲਾ ਲੈਣਾ ਚਾਹੀਦਾ ਜੀ। ਔਰ ਇਹਦਾ ਅੱਗੇ ਅਸਰ ਕੀ ਹੋਊਗਾ ਇਹ ਤਾਂ ਸਮਾਂ ਹੀ ਦੱਸੋ ਤੇ ਸਮੇਂ ਦੀ ਗੱਲ ਆਪਣੀ ਹੁੰਦੀ ਹੈ। ਸਿੱਧੂ ਸਾਹਿਬ ਇਹਦਾ ਅਸਰ ਇਹ ਹੋਵੇਗਾ ਕਿਉਂਕਿ ਜਦੋਂ ਜੇਲ੍ਹਾਂ ਦੇ ਵਿਚ ਇਹਨਾਂ ਦੀ ਗਿਣਤੀ ਘਟੇਗੀ ਤਾਂ ਕਿਤੇ ਨਾ ਕਿਤੇ ਜੇਲ੍ਹਾਂ ਨੂੰ ਰਾਹਤ ਮਿਲੇਗੀ। ਜਿਵੇਂ ਦੇਖੋ ਪੰਜਾਬ ਦੀ ਕੋਈ ਵੀ ਅਜਿਹੀ ਜੇਲ੍ਹ ਨਹੀਂ ਹੈਗੀ, ਚਾਹੇ ਉਹ ਸਬ ਜੇਲ੍ਹ ਆ, ਚਾਹੇ ਜ਼ਿਲ੍ਹਾ ਜੇਲ੍ਹ ਆ, ਚਾਹੇ ਮਤਲਬ ਕੇਂਦਰੀ ਜੇਲ੍ਹ ਆ, ਸਾਰੀਆਂ ਦੇ ਵਿਚ ਸਮਰੱਥਾ ਤੋਂ ਵੱਧ ਕੈਦੀ ਨੇ। ਜੇ ਇਹ ਕਰੇ 5800 ਦੀ ਫਿਕਰ ਬਹੁਤ ਵੱਡੀ ਫਿਕਰ ਹੁੰਦੀ ਆ। ਇਹਦੇ ਨਾਲ ਜੇਲ੍ਹਾਂ ਦੇ ਵਿਚ ਜਿਹੜੀ ਕਰਾਊਡ ਆ ਉਹ ਜ਼ਰੂਰ ਘਟੇਗੀ, ਕਿਤੇ ਨਾ ਕਿਤੇ ਜਿਹੜਾ ਇਹਨਾਂ ਦਾ ਰਾਸ਼ਨ ਪਾਣੀ ਆ ਉਹ ਵੀ ਸਹੀ ਪਹੁੰਚਣ ਦੀ ਹੋਵੇਗੀ। ਤੇ ਦੂਜਾ ਜਿਹੜਾ ਜੇਲ੍ਹਾਂ ਦੇ ਵਿਚ ਇਹ ਰਿਪੋਰਟਾਂ ਆ ਰਹੀਆਂ ਵੀ ਉੱਥੇ ਜਿਹੜੇ ਕੈਦੀ ਆ ਉਹਨਾਂ ਵੱਲੋਂ ਸਮਾਨ ਉੱਧਰ ਉੱਧਰ ਮੰਗਾਇਆ ਜਾਂਦਾ ਜਾਂ ਲੜਾਈ ਝਗੜੇ ਕੀਤੇ ਜਾਂਦੇ ਆ, ਹੱਲਾ ਗੁੱਲਾ ਕੀਤਾ ਜਾਂਦਾ, ਅਜਿਹੀਆਂ ਜਿਹੜੀਆਂ ਰਿਪੋਰਟਾਂ ਜਾਂ ਅਜਿਹੇ ਝਗੜੇ ਹੁੰਦੇ ਆ ਇਹਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਰਾਹਤ ਮਿਲੂਗੀ। ਜਿਹੜਾ ਜੇਲ੍ਹ ਪ੍ਰਸ਼ਾਸਨ ਆ ਜੇਲ੍ਹ ਦੇ ਵਿਚ ਜਿਹੜੇ ਤੈਨਾਤ ਆ ਸੁਰੱਖਿਆ ਕਰਮਚਾਰੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੇ ਮਤਲਬ ਉਹਨਾਂ ਦੀ ਸੰਭਾਲ ਕਰਨ ਵਾਸਤੇ
ਸੌਖਾ ਹੋ ਜਾਵੇਗਾ ਕਿਉਂਕਿ ਜਿੰਨੇ ਘੱਟ ਕੈਦੀ ਹੋਣਗੇ ਜਿੰਨੇ ਘੱਟ ਹਵਾਲਾਤੀ ਹੋਣਗੇ ਉਨਾ ਜੇਲ੍ਹ ਪ੍ਰਸ਼ਾਸਨ ਨੂੰ ਕੰਮ ਕਰਨ ਦਾ ਜਿਹੜਾ ਤੌਰ ਤਰੀਕਾ ਹੈ ਜਾਂ ਉਹਨਾਂ ਤੱਕ ਜਿਹੜੀਆਂ ਸਿਹਤ ਸੁਵਿਧਾਵਾਂ ਪਹੁੰਚਾਉਣੀਆਂ ਜਾਂ ਉਹਨਾਂ ਦਾ ਲੰਗਰ ਪਾਣੀ ਦਾ ਪ੍ਰਬੰਧ ਕਰਨਾ ਉਹ ਹੋਰ ਵੀ ਸੌਖਾ ਹੋ ਜਾਵੇਗਾ ਜੀ ਜੀ ਇਹ ਵੀ ਗੱਲ ਤੁਹਾਡੀ ਸਹੀ ਹੈ ਤੇ ਅਗਲੀ ਗੱਲ ਅਸੀਂ ਕਰ ਲਈਏ ਜੀ ਲੱਗਦੇ ਹੱਥ ਕੁਛ ਕੁ ਹੋਰ ਖਬਰਾਂ ਦੀ ਤੇ ਇਨ੍ਹਾਂ ਖਬਰਾਂ ਦੇ ਵਿਚੋਂ ਆਹ ਖ਼ਬਰ ਵੀ ਦੱਸੋ ਤੁਸੀਂ ਕੀ ਕਹਿੰਦੀ ਹੈ ਕਿਉਂਕਿ ਕੁਛ ਨਾ ਕੁਛ ਖ਼ਬਰਾਂ ਕਹਿੰਦੀਆਂ ਹੀ ਰਹਿੰਦੀਆਂ ਇਹ ਅਹਿਮ ਗੱਲ ਹੈ ਜਿਹੜਾ ਨਿਰਭਇਆ ਦਾ ਮਾਮਲਾ ਉਹਦੇ ਚਾਰ ਦੋਸ਼ੀ ਤੇ ਉਨ੍ਹਾਂ ਦੇ ਵੱਲੋਂ ਬਚਾਅ ਦੇ ਵਾਸਤੇ ਯਤਨ ਕੀਤੇ ਜਾ ਰਹੇ ਹੈ ਤੇ ਹੁਣ ਚਾਰਾਜੋਈ ਕਿੱਥੋਂ ਤੱਕ ਪਹੁੰਚੀ ਹੋਈ ਹੈ ਦੇਖੋ ਨਿਰਭਇਆ ਮਾਮਲੇ ਦੇ ਵਿਚ ਜਿਹੜੀ 20 ਮਾਰਚ ਨੂੰ ਫਾਂਸੀ ਹੋਣੀ ਆ ਜੀ ਉਸ ਮਾਮਲੇ ਦੇ ਵਿਚ ਫਾਂਸੀ ਦੇਣ ਵਾਸਤੇ ਇਕ ਜਲਾਦ ਆ ਜਿਹੜਾ ਪਵਨ ਜਲਾਦ ਉਹ ਤਿਹਾੜ ਜੇਲ੍ਹ ਦੇ ਵਿਚ ਅੱਜ ਪਹੁੰਚ ਗਿਆ ਤੇ ਸਰਕਾਰ ਨੇ ਉਹਨੂੰ 20,000 ਰੁਪਇਆ ਮਤਲਬ ਜਦੋਂ ਫਾਂਸੀ ਲਾਉਂਗਾ ਉਹਨਾਂ ਦੋਸ਼ੀਆਂ ਨੂੰ ਤਾਂ ਉਹਨੂੰ 20,000 ਰੁਪਏ ਦਾ ਜਿਹੜੀ ਕਿ ਜਿਹੜੀ ਰਾਸ਼ੀ ਆ ਉਹ ਦਿੱਤੀ ਜਾਵੇਗੀ ਹੁਣ ਤੱਕ ਉਹਨੂੰ ਜਿਨਕੇ ਜਿਹੜਾ ਪਵਨ ਜਲਾਦ ਆ ਉਹਦਾ ਕੋਈ ਪੁਰਾਣਾ ਮਾਮਲਾ ਹੋਣਾ ਉਹਦਾ ਕੋਈ 3,000 ਰੁਪਇਆ ਜਿਹੜਾ ਉਹਨੂੰ ਕੋਈ ਇੱਕ ਕਿਸੇ ਫਾਂਸੀ ਦਾ ਮਤਲਬ ਮਿਲਣਾ ਸੀਗਾ ਉਹ 3,000 ਰੁਪਏ ਨਹੀਂ ਮਿਲਿਆ ਜਿਸ ਕਰਕੇ ਉਹ ਮਤਲਬ ਸਰਕਾਰਾਂ ਕੋਲ ਜਾਂ ਗ੍ਰਹਿ ਵਿਭਾਗ ਦੇ ਕੋਲ ਕਹਿ ਰਿਹਾ ਸੀਗਾ ਮਿਲ ਰਿਹਾ ਸੀਗਾ ਤੇ ਉਹਨੇ ਜੇਲ੍ਹ ਵਿਭਾਗ ਨੂੰ ਤਿਹਾੜ ਜੇਲ੍ਹ ਨੂੰ ਵੀ ਤੇ ਹੋਮ ਡਿਪਾਰਟਮੈਂਟ ਨੂੰ ਵੀ ਇਹ ਚਿੱਠੀਆਂ ਲਿਖੀਆਂ ਸੀਗਾ ਵੀ ਮੇਰਾ ਜਿਹੜਾ ਇਹ ਬਕਾਇਆ ਹੈ ਉਹ ਮੈਨੂੰ ਦਿੱਤਾ ਜਾਵੇ ਇਸ ਕਰਕੇ ਜੇਲ੍ਹ ਵਿਭਾਗ ਦੇ ਕੋਲ ਜਾਂ ਆਪਣਾ ਜਿਹੜਾ ਤਿਹਾੜ ਜੇਲ੍ਹ ਆ ਉਹਦੇ ਕੋਲ ਜਲਾਦ ਨਹੀਂ ਹੈਗਾ ਜਲਾਦ ਪੰਜਾਬ ਵਿਚ ਵੀ ਕੋਈ ਨੀ ਹੈਗਾ ਪੰਜਾਬ ਵਿਚ ਦੋ ਪੋਸਟਾਂ ਜਿਹੜੀਆਂ ਉਹ ਜੇਲ੍ਹਾਂ ਦੇ ਵਿਚ ਜਲਾਦ ਦੀਆਂ ਉਹ ਖਾਲੀ ਪਈਆਂ ਨੇ ਇਸ ਕਰਕੇ ਜਲਾਦ ਅੱਜ ਕੱਲ ਕੋਈ ਬਣਨ ਨੂੰ ਵੀ ਤਿਆਰ ਨੀ ਜੇਲ੍ਹਾਂ ਦੇ ਵਿਚ ਸਾਰੀਆਂ ਜੇਲ੍ਹਾਂ ਦੇ ਵਿਚ ਜਿਹੜੀਆਂ ਜਲਾਦ ਦੀਆਂ ਜਿਹੜੀਆਂ ਪੋਸਟਾਂ ਲਗਭਗ ਉਹ ਖਾਲੀ ਨੇ ਪੰਜਾਬ ਦੇ ਵਿਚ ਦੋਵੇਂ ਪੋਸਟਾਂ ਸੀਗੀਆਂ ਜੋ ਹੁਣ ਤੱਕ ਮਤਲਬ ਮੰਨੀਆਂ ਜਾ ਰਹੀਆਂ ਤੇ ਇਸੇ ਕਰਕੇ ਜਿਹੜੀਆਂ ਪੰਜਾਬ ਤੋਂ ਬਾਹਰ ਜੇਲ੍ਹਾਂ ਦੂਸਰੇ ਰਾਜਾਂ ਦੀਆਂ ਜੇਲ੍ਹਾਂ ਉਹਨਾਂ ਵਿਚ ਵੀ ਜਲਾਦ ਨੀ ਹੈਗਾ ਇਸ ਕਰਕੇ ਕੋਈ ਵੀ ਮਤਲਬ ਇਸ ਪੋਸਟ ਵਿਚ ਆਉਣ ਨੂੰ ਕਿਉਂਕਿ ਇੱਕ ਤਾਂ ਇਸ ਪੋਸਟ ਦਾ ਨਾਮ ਹੀ ਅਜਿਹਾ ਰੱਖਿਆ ਹੋਇਆ ਜਲਾਦ ਇਸ ਕਰਕੇ ਕੋਈ ਪੋਸਟ ਪਰ ਆਉਂਦਾ ਨੀ ਇਹ ਇੱਕੋ ਜਲਾਦ ਸੀਗਾ ਪਵਨ ਜਲਾਦ ਜਿਹੜਾ ਉੱਥੇ ਜੇਲ੍ਹ ਦੇ ਵਿਚ ਉੱਥੇ ਪਹੁੰਚ ਗਿਆ ਉਹਨੂੰ ਪ੍ਰਸ਼ਾਸਨ ਨੇ ਬੁਲਾਇਆ ਗਿਆ ਤੇ ਉਹਨੂੰ ਬਕਾਇਦਾ ਇੱਕ ਜਿਹੜੀ ਬੈਰਕ ਆ ਉਹ ਵੀ ਉਹਨੂੰ ਇੱਕ ਤਰ੍ਹਾਂ ਦੀ ਉਪਲਬਧ ਕਰਵਾ ਦਿੱਤੀ ਤਾਂ ਕਿ ਉਹ ਉੱਥੇ ਰਹਿ ਸਕੇ ਤੇ ਨਾਲ ਦੀ ਨਾਲ ਜਿਹੜਾ ਉਹਦੀ ਬਕਾਇਆ ਰਾਸ਼ੀ ਆ ਉਹ ਵੀ ਦੇਣ ਵਾਸਤੇ ਤੇ ਸਰਕਾਰ ਤਿਆਰ ਹੋ ਗਈ ਤੇ ਉਹਨੂੰ ਜਿਹੜੇ ਹੁਣ ਚਾਰ ਫਾਂਸੀ ਪਰ ਜਿਹੜੇ ਦੋਸ਼ੀ ਆ ਲਟਕਾਏ ਜਾਣੇ ਨਿਰਭਇਆ ਕਾਂਡ ਜਿਹੜੇ ਮਾਮਲੇ ਦੇ ਦੋਸ਼ੀ ਨੇ 20 ਮਾਰਚ ਨੂੰ ਸਵੇਰੇ 5:30 ਉਹਨਾਂ ਨੂੰ ਸਜ਼ਾ ਮਤਲਬ ਮੌਤ ਦੀ ਜਿਹੜੀ ਦੇਣੀ ਦਿੱਤੀ ਜਾਣੀ ਆ ਇਸ ਕਰਕੇ ਉਸ ਉੱਥੇ ਸਾਰੇ ਉਹਨੇ ਪਹਿਲਾਂ ਆ ਕੇ ਅਗੇਤੇ ਪ੍ਰਬੰਧ ਕਰਨੇ ਕਿਉਂਕਿ ਹੁਣ ਬਹੁਤ ਘੱਟ ਜਿਹੜਾ ਸਮਾਂ ਉਹ ਰਹਿ ਗਿਆ ਅੱਜ 18 ਤਰੀਕ ਹੋ ਗਈ 48 ਘੰਟੇ ਦੇ ਕਰੀਬ ਜਿਹੜਾ ਸਮਾਂ ਰਹਿ ਗਿਆ ਜਿਉਂ ਜਿਉਂ ਉਹਨਾਂ ਦੀ ਮੌਤ ਨੇੜੇ ਆ ਰਹੀ ਆ ਤਿਉਂ ਤਿਉਂ ਉਹਨਾਂ ਦੀ ਜਿਹੜੀ ਬੇਚੈਨੀ ਆ ਉਹ ਵੀ ਵੱਧਦੀ ਜਾ ਰਹੀ ਆ ਉਧਰੇ ਮਾਮਲਾ ਹਲੇ ਜਿਹੜੀ ਇੰਟਰਨੈਸ਼ਨਲ ਜਿਹੜੀ ਕੋਰਟ ਆ ਉਹਦੇ ਵਿਚ ਲੱਗਿਆ ਹੋਇਆ ਉਥੋਂ ਅਜੇ ਤੱਕ ਜਿਹੜੇ ਦੋਸ਼ੀ ਆ ਇਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈਗੀ ਇਸ ਕਰਕੇ ਜੇਕਰ ਉਥੋਂ ਕੋਈ ਰਾਹਤ ਨਹੀਂ ਮਿਲਦੀ ਤਾਂ ਇਹ ਜਿਹੜਾ ਮਾਮਲਾ ਫਾਂਸੀ ਦੇਣ ਦੀ ਜਿਹੜੀ ਸਜ਼ਾ ਉਹ ਆ ਜਿਹੜੀ 20 ਤਰੀਕ ਨੂੰ ਇਹਨਾਂ ਨੂੰ ਦਿੱਤੀ ਜਾਵੇਗੀ ਇਹ ਵੀ ਗੱਲ ਹੈ ਤੇ ਇੱਕ ਪਾਸੇ ਇਹਨਾਂ ਚੋਂ ਇੱਕ ਜਿਹੜਾ ਦੋਸ਼ੀ ਹੈ ਉਹਦੀ ਪਤਨੀ ਕਹਿੰਦੀ ਜੀ ਮੈਨੂੰ ਤਲਾਕ ਚਾਹੀਦਾ ਕਹਿੰਦੀ ਮੈਂ ਇੱਕ ਬਲਾਤਕਾਰੀ ਦੀ ਵਿਧਵਾ ਬਣ ਕੇ ਜਿੰਦਾ ਨਹੀਂ ਰਹਿਣਾ ਚਾਹੁੰਦੀ ਕਹਿੰਦੀ ਫਾਂਸੀ ਦਿਓ ਚਾਹੇ ਨਾ ਦਿਓ ਅੱਡ ਮਾਮਲਾ ਹੈ ਤਾਂ ਮੇਰੇ ਘਰ ਵਾਲਾ ਨਿਰਦੋਸ਼ ਮੈਨੂੰ ਇਹ ਵੀ ਲੱਗਦਾ ਕਿ ਇਹ ਵੀ ਇੱਕ ਬੜਾ ਵਧੀਆ ਸੋਚਿਆ ਸਮਝਿਆ ਪ੍ਰੋਸੈਸ ਅਗਲਿਆਂ ਨੇ ਸ਼ੁਰੂ ਕੀਤਾ ਕਿ ਅਗਲਾ ਕਹੂਗਾ ਜੀ ਮੈਂ ਤਾਂ ਤਲਾਕ ਦੇਣਾ ਨਹੀਂ ਇਸ ਕਰਕੇ ਉਹਨੂੰ ਸੰਮਣ ਹੋਣਗੇ ਲੰਮਾ ਚਿਰ ਕੇਸ ਉਹ ਵੀ ਚੱਲ ਸਕਦਾ ਪਰ ਕਾਨੂੰਨ ਦਾ ਮਜ਼ਾਕ ਹੈ ਬੜੇ ਵਧੀਆ ਤਰੀਕੇ ਨਾਲ ਉੱਡ ਰਿਹਾ ਊਂ ਤਾਂ ਕੱਲ ਰਾਜ ਸਭਾ ਵਾਲੇ ਨੇ ਵੀ ਅੜਾਈ ਦਿੱਤਾ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਉਧਰ ਚੁਣੇ ਗਏ ਦੇਖੋ ਕਾਨੂੰਨੀ ਅੜਚਣਾ ਜਾਂ ਕਾਨੂੰਨੀ ਬਰੀਕੀਆਂ ਇਸੇ ਕਰਕੇ ਕਿਹਾ ਜਾਂਦਾ ਜਿਹੜਾ ਭਾਰਤ ਦਾ ਸੰਵਿਧਾਨ ਆ ਉਹ ਬਹੁਤ ਸਖ਼ਤ ਤੇ ਲਚਕੀਲਾ ਹਰ ਤਰ੍ਹਾਂ ਦਾ ਜਿਹੜਾ ਹੀਲਾ ਵਸੀਲਾ ਉਹ ਦੋਸ਼ੀਆਂ ਵੱਲੋਂ ਆਪਣੇ ਵਕੀਲ ਦੇ ਰਾਹੀਂ ਵਰਤਿਆ ਜਾ ਰਿਹਾ ਤਾਂ ਕਿ ਕਿਤੇ ਨਾ ਕਿਤੇ ਮਾਮਲਾ ਜਿਹੜਾ ਫਾਂਸੀ ਦਾ ਇਹ ਟਲ ਜਾਵੇ ਕਿਉਂਕਿ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਜੇਕਰ ਫਾਂਸੀ ਦੇ ਕੋਈ ਸਜ਼ਾ ਸੁਣਾ ਦਿੱਤੀ ਜਾਵੇ ਜੇਕਰ ਉਹਦੇ ਕੋਈ ਸਮਾਂ ਲੰਘ ਜਾਵੇ ਪੀਰੀਅਡ ਲੰਘ ਜਾਵੇ ਤਾਂ ਜਿਹੜੀ ਫਾਂਸੀ ਆ ਕੋਈ ਕਾਨੂੰਨ ਦੇ ਮੁਤਾਬਕ ਆਟੋਮੈਟਿਕ ਉਹ ਲਟਕ ਜਾਂਦੀ ਆ ਉਹ ਫਿਰ ਉਹਨੂੰ ਦਿੱਤੀ ਨਹੀਂ ਜਾ ਸਕਦੀ ਇਸ ਕਰਕੇ ਕਿਤੇ ਨਾ ਕਿਤੇ ਇਹੀ ਕਾਰਨ ਆ ਵੀ ਵਾਰ ਵਾਰ ਜਿਹੜੇ ਵਕੀਲ ਆ ਉਹ ਜਿਹੜੀ ਫਾਂਸੀ ਆ ਉਹਦਾ ਸਮਾਂ ਲੰਘਾਉਣ ਵਾਸਤੇ ਉਹਨੂੰ ਲਟਕਾਉਣ ਵਾਸਤੇ ਮਤਲਬ ਜਿਹੜਾ ਸਮਾਂ ਲਟਕ ਜਾਵੇ ਅੱਗੇ ਲੰਘ ਜਾਵੇ ਅੱਗੇ ਪੈ ਜਾਵੇ ਇਸੇ ਕਰਕੇ ਵਾਰ ਵਾਰ ਜਿਹੜੀਆਂ ਅਦਾਲਤਾਂ ਦੇ ਵਿਚ
ਕੋਈ ਨਾ ਕੋਈ ਕਾਨੂੰਨੀ ਮਤਲਬ ਨੁਕਤਾ ਲੱਭ ਕੇ ਇਹ ਅਰਜ਼ੀਆਂ ਦਿੱਤੀਆਂ ਜਾ ਰਹੀਆਂ, ਇਹ ਮਾਮਲਾ ਅੱਗੇ ਹੋ ਜੇ ਜਿੱਥੇ ਤੱਕ ਉਹ ਹੁਣ ਇੱਕ ਜਿਹੜੀ ਔਰਤ ਆ ਪਤਨੀ ਆ ਉਹਨੇ ਇਹ ਗੱਲ ਕਹੀ ਵੀ ਮੈਂ ਆਪਣੇ ਪਤੀ ਤੇ ਇੱਕ ਤਲਾਕ ਜਿਹੜਾ ਮਤਲਬ ਫਾਂਸੀ ਜਿਹਨੂੰ ਦਿੱਤੀ ਜਾਣੀ ਆ ਵੀ ਜਿਹਨੇ ਨਵਾਲਗਾ ਨਾਲ ਜਾਂ ਕਿਸੇ ਪੀੜ ਰੇਪ ਕੀਤਾ ਵੀ ਮੈਂ ਉਹਦੀ ਪਤਨੀ ਨਾ ਕਹਾਵਾਂ। ਦੇਖੋ ਕਿੰਨੇ ਦੇਰ ਬਾਅਦ ਅੱਜ ਬੋਲੀ ਆ ਉਹ, ਜੇਕਰ ਉਦੋਂ ਹੀ ਇਹ ਜਦੋਂ ਉਹਨੇ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਦੋਸ਼ੀ ਨੇ, ਜੇਕਰ ਉਦੋਂ ਹੀ ਉਹ ਗੱਲ ਖੜੀ ਹੋ ਕੇ ਕਹਿੰਦੀ ਵੀ ਮੈਂ ਹੁਣ ਇਸ ਨੂੰ ਆਪਣਾ ਪਤੀ ਨਹੀਂ ਮੰਨਦੀ, ਮੈਂ ਅੱਜ ਤੋਂ ਇਸ ਨਾਲ ਸੰਬੰਧ ਤੋੜ ਚੁੱਕੀ ਆ ਜਾਂ ਮੈਂ ਇਸ ਤੋਂ ਤਲਾਕ ਦਿੰਦਾ, ਤਾਂ ਮੈਨੂੰ ਲੱਗਦਾ ਉਦੋਂ ਉਹਦਾ ਸਮਾਜ ਦੇ ਵਿੱਚ ਉਸ ਔਰਤ ਦਾ ਉਸ ਪਤਨੀ ਦਾ ਜਿਹੜਾ ਮਾਨ ਸਨਮਾਨ ਆ ਹੋਰ ਵੀ ਵਧਣਾ ਸੀਗਾ, ਕਿਉਂਕਿ ਲੋਕਾਂ ਨੂੰ ਇਹ ਲੱਗਣਾ ਸੀਗਾ ਸਮਾਜ ਦੇ ਵਿੱਚ ਔਰਤਾਂ ਦੇ ਵਿੱਚ ਇਹ ਗੱਲ ਜਾਣੀ ਸੀ ਕਿ ਇੱਕ ਔਰਤ ਨੇ ਇੱਕ ਜਿਹੜੀ ਔਰਤ ਆ ਇੱਕ ਅਵਲਾ ਨਾਰੀ ਆ ਉਹਦੇ ਨਾਲ ਜੋ ਧੱਕਾ ਹੋਇਆ ਜਾਂ ਉਹਦੇ ਉਹਦੀ ਜਿਹੜੀ ਇੱਜ਼ਤ ਨਾਲ ਖੇਡਿਆ ਗਿਆ ਉਹਦੇ ਹੱਕ ਦੇ ਵਿੱਚ ਉਹਨੇ ਇੱਕ ਤਰ੍ਹਾਂ ਦੀ ਆਵਾਜ਼ ਮਾਰੀ ਆ ਤੇ ਉਹਨੇ ਆਪਣੇ ਜਿਹੜਾ ਪਤੀ ਆ ਉਹਨੂੰ ਉਹਦੇ ਨਾਲ ਉੱਤੋਂ ਖਹਿੜਾ ਛਿੜਾ ਲਿਆ, ਉਹਨੂੰ ਦਰਕਿਨਾਰ ਕਰਤਾ, ਇੱਕ ਤਰ੍ਹਾਂ ਦੀ ਇਹ ਵੀ ਵੱਡੀ ਸਜ਼ਾ ਉਦੋਂ ਮੰਨੀ ਜਾਣੀ ਸੀ। ਪਰ ਜਦੋਂ ਹੁਣ ਐਨ ਫਾਂਸੀ ਦੇ ਲਟਕਾਉਣ ਵਾਸਤੇ ਜਿਹੜਾ ਸਮਾਂ ਬਹੁਤ ਨਜ਼ਦੀਕ ਆ ਗਿਆ ਉਦੋਂ ਆ ਕੇ ਜਾਣੀ ਕਿ ਇੱਕ ਜਿਹੜੀ ਪਤਨੀ ਵੱਲੋਂ ਇਹ ਕਿਹਾ ਜਾਣਾ ਕਿ ਮੈਂ ਜਿਹੜੀ ਗੈਂਗ ਰੇਪ ਆ ਜਿਹੜਾ ਦੋਸ਼ੀ ਆ ਉਹਦੀ ਪਤਨੀ ਨੀ ਕਹਾਉਣਾ ਚਾਹੁੰਦੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜਾ ਰਾਜ ਸੀ ਖੇਡ ਖੇਡਣ ਦਾ ਯਤਨ ਕੀਤਾ ਜਾ ਰਿਹਾ। ਜੀ ਬਿਲਕੁਲ, ਰਾਜ ਸੀ ਖੇਡ ਦੇ ਤਾਂ ਯਤਨ ਵੱਡੇ ਪੱਧਰ ਤੇ ਆ ਨਾ ਬਾਈ ਜੀ, ਕਿਉਂਕਿ ਤੁਸੀਂ ਦੇਖ ਲਓ ਕਿ ਆਮ ਬੰਦਾ ਜਿਹੜਾ ਉਹ ਕੋਈ ਕੇਸ ਚ ਫਸ ਜੇ ਜ਼ਿਲ੍ਹਾ ਅਦਾਲਤ ਦੇ ਵਿੱਚ ਜਾਂਦੇ ਜਾਂਦੇ ਦੀਆਂ ਜਿਹੜੀਆਂ ਹੱਡੀਆਂ ਘਸ ਜਾਂਦੀਆਂ, ਉਦੋਂ ਬਾਅਦ ਫਿਰ ਸੈਸ਼ਨ ਕੋਰਟ, ਉਦੋਂ ਬਾਅਦ ਹਾਈ ਕੋਰਟ, ਫਿਰ ਸੁਪਰੀਮ ਕੋਰਟ, ਤੇ ਇਹ ਤਾਂ ਇੰਟਰਨੈਸ਼ਨਲ ਕੋਰਟ ਤੱਕ ਪਹੁੰਚੇ ਫਿਰਦੇ ਆ। ਬਿਲਕੁਲ ਜੀ, ਜਿਹੜੀ ਆਪਾਂ ਗੱਲ ਕਰ ਰਹੇ ਆ ਵੀ ਤੁਸੀਂ ਥੱਲੇ ਤੇ ਲੋਅਰ ਕੋਰਟ ਤੋਂ ਲੈ ਕੇ ਸੈਸ਼ਨ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ ਤੱਕ, ਇੰਟਰਨੈਸ਼ਨਲ ਕੋਰਟ ਤੱਕ ਪਹੁੰਚ ਗਏ, ਕਿਉਂਕਿ ਮਾਮਲਾ ਬਹੁਤ ਗੰਭੀਰ ਆ। ਦੇਸ਼ ਦੀਆਂ ਜਿਹੜੀਆਂ ਲੋਕਾਂ ਦੀਆਂ ਨਜ਼ਰਾਂ ਇਸ ਮਾਮਲੇ ਤੇ ਟਿਕੀਆਂ ਹੋਈਆਂ ਨੇ, ਕਿਉਂਕਿ ਜਦੋਂ ਇਹ ਕਾਂਡ ਹੋਇਆ ਸੀਗਾ ਉਦੋਂ ਇਹ ਬਹੁਤ ਵੱਡਾ ਇੱਕ ਚਰਚਾ ਦਾ ਵਿਸ਼ਾ ਬਣਿਆ, ਜਿਹੜੀ ਸਰਕਾਰ ਆ ਉਦੋਂ ਦੀ ਸਰਕਾਰ ਆ ਉਹਦੇ ਖਿਲਾਫ਼ ਲੋਕਾਂ ਦੇ ਵਿੱਚ ਬਹੁਤ ਵੱਡਾ ਇੱਕ ਵਿਰੋਧ ਆ, ਜਿਹੜਾ ਗੁੱਸੇ ਦੀ ਲਹਿਰ ਆ ਉਹ ਫੈਲ ਗਈ ਸੀ ਜਗ੍ਹਾ ਜਗ੍ਹਾ। ਮੈਨੂੰ ਨੀ ਲੱਗਦਾ ਕੋਈ ਸ਼ਹਿਰ ਕੋਈ ਕਸਬਾ ਅਜਿਹਾ ਬਚਿਆ ਹੋਵੇ ਜਿੱਥੇ ਰੋਸ ਪ੍ਰਦਰਸ਼ਨਾਂ ਨਿਕਲਿਆ ਹੋਵੇ, ਜਿੱਥੇ ਕੈਂਡਲ ਮਾਰਚ ਨਾ ਨਿਕਲਿਆ ਹੋਵੇ, ਜਿੱਥੇ ਨਿਰਭਿਆ ਦੇ ਹੱਕ ਦੇ ਵਿੱਚ ਔਰਤਾਂ ਮੁੰਡੇ ਕੁੜੀਆਂ ਸੜਕਾਂ ਤੇ ਨਾ ਆਏ ਹੋਣ। ਇਸ ਕਰਕੇ ਜਿਹੜਾ ਇਹ ਮਸਲਾ ਇਹ ਜਿਹੜਾ ਕੇਸ ਆ ਇਹ ਜਿਹੜਾ ਮਾਮਲਾ ਬਹੁਤ ਜਿਹੜਾ ਚਰਚਾ ਦੇ ਵਿੱਚ ਰਿਹਾ ਹੋਇਆ, ਇਸ ਕਰਕੇ ਇਸ ਮਸਲੇ ਪਰ ਸਾਰੇ ਲੋਕਾਂ ਨੇ ਜਿਹੜੀਆਂ ਨਜ਼ਰਾਂ ਟਿਕੀਆਂ ਹੋਈਆਂ ਇਸ ਫੈਸਲੇ ਨੂੰ ਲੈ ਕੇ। ਇਹੀ ਕਾਰਨ ਆ ਕਿ ਜਿਹੜੀ ਕਿ ਵਾਰ ਵਾਰ ਦੋਸ਼ੀਆਂ ਨੂੰ ਕਿਸੇ ਵੀ ਅਦਾਲਤ ਨੇ ਰਾਹਤ ਨਹੀਂ ਦਿੱਤੀ, ਕਿਉਂਕਿ ਬਹੁਤ ਲਾਈਮ ਲਾਈਟ ਦੇ ਵਿੱਚ ਰਿਹਾ। ਇਸੇ ਕਰਕੇ ਜਿਹੜੀ ਅਦਾਲਤ ਨੇ ਥੱਲੜੀ ਅਦਾਲਤ ਨੇ ਜੋ ਫੈਸਲਾ ਦਿੱਤਾ ਸੁਪਰੀਮ ਕੋਰਟ ਤੱਕ ਰਾਸ਼ਟਰਪਤੀ ਤੱਕ ਇਹ ਮਾਮਲੇ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਗਿਆ। ਜੀ ਜੀ, ਤੇ ਹੁਣ ਛਿਬਰ ਸਾਹਿਬ ਆਪਾਂ ਇੱਕ ਛੋਟੀ ਜਿਹੀ ਲੈ ਲਈਏ ਬ੍ਰੇਕ, ਫਿਰ ਅਗਲੀ ਗੱਲਬਾਤ ਕਰਦੇ ਹਾਂ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਜੀ ਆਇਆਂ ਨੂੰ ਜੀ। ਔਰ ਇੱਕ ਸੁਨੇਹਾ ਫਾਰਮਰਜ਼ ਟਰਾਂਸ ਕੈਨੇਡਾ ਦੇ ਵੱਲੋਂ, ਇਨ੍ਹਾਂ ਨੂੰ ਕੈਨੇਡਾ ਤੋਂ ਅਮਰੀਕਾ ਦੇ ਵਾਸਤੇ ਡੈਡੀਕੇਟਡ ਲੋਡ ਦੇ ਲਈ ਡਰਾਈਵਰਾਂ ਦੀ ਲੋੜ ਹੈ ਔਰ 70 ਸੈਂਟ ਪੇ ਕਰਦੇ ਆ ਇਹ ਤੇ ਬਹੁਤ ਵਧੀਆ ਮਾਈਲਸ ਦਿੰਦੇ ਨੇ। 7 ਟੀਮਾਂ ਦੀ ਜ਼ਰੂਰਤ ਹੈ ਘੱਟੋ ਘੱਟ, 14 ਡਰਾਈਵਰ ਤਾਂ ਮੰਨ ਕੇ ਚੱਲੀਏ ਆਪਾਂ, 7 ਟੀਮਾਂ ਚਾਹੀਦੀਆਂ। ਵਧੀਆ ਤਨਖਾਹ ਦਾ ਵਾਅਦਾ ਹੈ ਤੇ ਨਾਲ ਹੀ ਇਨ੍ਹਾਂ ਦੇ ਕੋਲ ਐਡਵਾਂਸ ਟਰੱਕ ਐਂਡ ਟ੍ਰੇਲਰ ਰਿਪੇਅਰ ਦਾ ਵੀ ਜੁਗਾੜ ਹੈ, ਕਿਉਂਕਿ ਜੇ ਰਿਪੇਅਰ ਕਰਾਉਣੀ ਹੈ ਟਰੱਕ ਜਾਂ ਟ੍ਰੇਲਰ ਦੀ ਫਿਰ ਇੱਥੇ ਪਹੁੰਚੋ। ਕੰਮ ਕਹਿੰਦੇ ਤਸੱਲੀ ਬਖਸ਼ ਕਰਾਵਾਂਗੇ ਜਮਾਂ ਟਣਾ ਟਣ, ਕਲੱਚ ਦਾ ਕੰਮ ਹੈ, ਬ੍ਰੇਕ ਦਾ ਕੰਮ ਹੈ ਜਾਂ ਟਰਾਂਸਮਿਸ਼ਨ ਦਾ ਕੰਮ ਹੈ, ਪਹੁੰਚੋ ਫੋਨ ਕਰਕੇ ਬਾਈ ਦਲਵੀਰ ਗਿੱਲ ਹੋਰਾਂ ਨੂੰ। ਕਾਲ ਕਰ ਸਕਦੇ ਹੋ 204-403-8888 ਜਾਂ ਫਿਰ ਸਿੱਧੇ ਸ਼ਾਪ ਤੇ ਕਾਲ ਕਰ ਲਓ ਮੈਨੀਟੋਬਾ ਦੇ ਵਿੱਚ 204-403-2222। ਦੋਨੇ ਕੰਮ ਹੋ ਜਾਣਗੇ। ਜੇ ਤਾਂ ਤੁਸੀਂ ਭਾਈ ਜੋਬ ਚਾਹੁੰਦੇ ਹੋ ਫਿਰ ਦਲਵੀਰ ਦੇ ਨਾਲ ਗੱਲ ਕਰ ਲਓ 204-403-8888। ਜੇ ਕੋਈ ਸ਼ਾਪ ਦੇ ਉੱਤੇ ਕੰਮ ਹੈ ਤੇ ਫਿਰ ਸਿੱਧਾ 204-403-2222 ਤੇ ਕਾਲ ਕਰ ਲਓ ਤੇ ਤਸੱਲੀ ਜ਼ਰੂਰ ਤੁਹਾਡੀ ਹੋਊਗੀ ਤੇ ਨਾਲ ਚੰਨ ਪਰਦੇਸੀ ਦਾ ਹਵਾਲਾ ਵੀ ਦੇ ਦਿਓ ਕਿ ਭਾਈ ਗੱਲ ਉੱਥੋਂ ਸੁਣੀ ਹੈ। ਤੇ ਅਗਲੀ ਗੱਲ ਕਰਦੇ ਹਾਂ ਆਪਾਂ ਛਿਬਰ ਸਾਹਿਬ ਦੇ ਨਾਲ। ਛਿਬਰ ਸਾਹਿਬ, ਹੁਣ ਅਕਾਲੀਆਂ ਨੇ ਵੀ ਅੱਗੇ ਕੋਈ ਵੜਕ ਮਾਰੀ ਹੈ ਗੱਲ ਤੇ ਕੁਝ ਤੱਥ ਸਾਹਮਣੇ ਲਿਆਉਣ ਦਾ ਯਤਨ ਕੀਤਾ। ਬਿਲਕੁਲ ਜੀ, ਜਿਹੜਾ ਲੰਬੇ ਸਮੇਂ ਤੇ ਜਿਹੜਾ ਬੇਅਦਬੀ ਬਰਗਾੜੀ ਕਾਂਡ ਦਾ ਜਿਹੜਾ ਮਾਮਲਾ ਭਖਿਆ ਪਿਆ ਜੀ, ਕੱਲ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵਰਕ ਤੋਂ ਬਾਅਦ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਕਾਲੀ ਦਲ ਦੇ ਜਿਹੜੇ ਸਰਪ੍ਰਸਤ ਆ ਪ੍ਰਕਾਸ਼ ਸਿੰਘ ਬਾਦਲ ਆ ਜਿਹੜੇ ਉਹ ਵੀ ਇਸ ਮੁੱਦੇ ਤੇ ਨੂੰ ਲੈ ਕੇ ਬਾਹਰ ਆ ਗਏ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਅੱਜ ਜਿਹੜਾ ਇੱਕ ਜਿਹੜਾ ਹੁਣੇ ਹੁਣੇ ਤਾਜ਼ਾ ਬਿਆਨ ਜਾਰੀ ਕੀਤਾ ਗਿਆ ਉਨ੍ਹਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਬੇਅਦਬੀ ਦੀ ਸਾਜਿਸ਼ ਉਨ੍ਹਾਂ ਲੋਕਾਂ ਨੇ ਕੀਤੀ ਹੈ ਜਿਨ੍ਹਾਂ ਨੇ ਪਹਿਲਾਂ ਗੁਰੂ ਘਰ ਵਿਚ ਸਿਗਰਟਾਂ ਤੇ ਮੰਦਰਾਂ ਵਿਚ ਗਊ ਦੀਆਂ ਪੂੰਛਾਂ ਸੁੱਟ ਕੇ ਪੰਜਾਬ ਨੂੰ ਅੱਗ ਲਾਉਣ ਦਾ ਯਤਨ ਕੀਤਾ ਉਨ੍ਹਾਂ ਕਿਹਾ ਵੀ ਜਿਹੜਾ ਮੁੱਖ ਅਗਵਾ ਏ ਉਹਨੂੰ ਮਾਨਸਿਕ ਦਬਾਅ ਹੇਠ ਕਤਲ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾਂਦਾ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਪਵੇਗਾ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਿੱਧੇ ਸ਼ਬਦਾਂ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਪੁੱਛਿਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਜਿਹੜੇ ਬਰਗਾੜੀ ਕਾਂਡ ਦੇ ਜਿਹੜੇ ਗਵਾਹ ਸੀਗੇ ਜਿਨ੍ਹਾਂ ਨੇ ਚਸਮਦਿਤ ਗਵਾਹ ਨੇ ਮਾਨਸਿਕ ਤੇ ਸਿਆਸੀ ਸਰਕਾਰੀ ਪੀੜਾਂ ਨੂੰ ਝੱਲਦੇ ਹੋਏ ਮਤਲਬ ਖੁਦਕੁਸ਼ੀ ਕੀਤੀ ਆ ਉਨ੍ਹਾਂ ਨੇ ਇਹਨੂੰ ਕਤਲ ਦਾ ਨਾਮ ਦਿੱਤਾ ਬਾਦਲ ਸਾਹਿਬ ਨੇ ਜਿਹੜੇ ਉਹ ਆਗੂ ਨੇ ਜਿਹੜੇ ਉਹ ਦਬਾਅ ਪਾਉਂਦੇ ਰਹੇ ਨੇ ਜਿਨ੍ਹਾਂ ਦੇ ਵਿਚ ਆਪਣੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਉਨ੍ਹਾਂ ਦਾ ਉਨ੍ਹਾਂ ਨੇ ਦੋਸ਼ ਲਾਇਆ ਤੇ ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਬਠਿੰਡਾ ਦੇ ਸੋਰੀ ਫਰੀਦਕੋਟ ਤੋਂ ਜਿਹੜੇ ਵਿਧਾਇਕ ਨੇ ਉਨ੍ਹਾਂ ਪਰ ਸਿੱਧਾ ਦੋਸ਼ ਲਾਇਆ ਹਾਲਾਂਕਿ ਇਹ ਦੋਸ਼ ਬਾਦਲ ਤੋਂ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਵਿਚ ਬਿਕਰਮ ਸਿੰਘ ਮਜੀਠੀਆ ਵੀ ਵਾਰ ਵਾਰ ਇਹ ਮੁੱਦਾ ਚੁੱਕੇ ਨੇ ਤੇ ਸੁਖਬੀਰ ਬਾਦਲ ਹੋਰਾਂ ਵੱਲੋਂ ਕੱਲ੍ਹ ਇਹ ਮੁੱਦਾ ਚੁੱਕਿਆ ਤੇ ਅੱਜ ਤੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਇੱਕ ਤਰ੍ਹਾਂ ਇਸ ਮਾਮਲੇ ਦੇ ਵਿਚ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਮਤਲਬ ਹਾਹਤ ਹੋਈਆਂ ਸੀਗੀਆਂ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਗੁਰਸਿੱਖ ਤੇ ਬਾਬੇ ਨਾਨਕ ਦੇ ਪੈਰੋਕਾਰ ਤੇ ਇਸ ਮੁੱਦੇ ਨੂੰ ਲੈ ਕੇ ਉਹ ਅਕਾਲੀ ਦਲ ਨੂੰ ਹਾਸ਼ੀਏ ਪਰ ਚਲੇ ਗਿਆ ਸੀਗਾ ਹੁਣ ਕਿਤੇ ਨਾ ਕਿਤੇ ਇਹ ਅਕਾਲੀ ਦਲ ਬੈਕ ਫੁੱਟ ਪਰ ਜਿਹੜਾ ਗਿਆ ਹੋਇਆ ਸੀ ਉਹ ਦੁਬਾਰਾ ਇਸ ਮੁੱਦੇ ਨੂੰ ਭਖਾਉਣਾ ਚਾਹੁੰਦਾ ਕਿਉਂਕਿ ਇਸ ਮੁੱਦੇ ਤੇ ਆਉਣ ਵਾਲੇ ਸਮੇਂ ਦੇ ਵਿਚ ਇੱਕ ਇਹ ਮਤਲਬ ਰਿਪੋਰਟਾਂ ਮਿਲ ਰਹੀਆਂ ਕਿ ਜਿਵੇਂ ਕਿ ਥੱਲੜੇ ਪਾਸੇ ਤੇ ਜਿਹੜੀਆਂ ਅਦਾਲਤਾਂ ਤੇ ਉਹਦੇ ਬਾਅਦ ਹਾਈ ਕੋਰਟ ਦੇ ਵਿਚ ਗਏ ਦੋਸ਼ੀ ਉੱਥੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਮਾਮਲਾ ਜਿਹੜਾ ਇਹ ਚੱਲ ਰਿਹਾ ਤੇ ਉਹਦੇ ਕਰਕੇ ਇਹਨਾਂ ਨੂੰ ਲੱਗ ਰਿਹਾ ਵੀ ਕਿਤੇ ਨਾ ਕਿਤੇ ਅਕਾਲੀ ਦਲ ਦਾ ਹੋਰ ਜਿਹੜਾ ਨੁਕਸਾਨ ਆ ਉਹ ਆਉਣ ਵਾਲੇ ਸਮੇਂ ਵਿਚ ਨਾ ਹੋਵੇ ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਜਾਂ ਲੋਕਾਂ ਦੇ ਇਹ ਜਿਹੜਾ ਮਾਮਲਾ ਅਸਲ ਮੁੱਦਿਆਂ ਤੋਂ ਭਟਕਾਉਣ ਵਾਸਤੇ ਇਹ ਇੱਕ ਮਾਮਲਾ ਜਿਹੜਾ ਆਪਸ ਵਿਚ ਫੇਰ ਜਿਹੜਾ ਬਰਗਾੜੀ ਨੂੰ ਲੈ ਕੇ ਇਹ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਇਹ ਮੁੱਦਾ ਉਹ ਹੋਰ ਭਖਣ ਦੀ ਸੰਭਾਵਨਾ ਹੈ ਕਿਉਂਕਿ ਇਸ ਮਾਮਲੇ ਵਿਚ ਲੈ ਕੇ ਜਿਹੜੇ ਕਾਂਗੜ ਨੂੰ ਲੈ ਕੇ ਕੁਸ਼ਲਦੀਪ ਢਿੱਲ ਨੂੰ ਲੈ ਕੇ ਜਿੱਥੇ ਪਹਿਲਾਂ ਇਕੱਲੇ ਬਿਕਰਮ ਸਿੰਘ ਮਜੀਠੀਆ ਜਾਂ ਉਨ੍ਹਾਂ ਦੇ ਨਾਲ ਜਿਹੜੇ ਦੂਸਰੇ ਵਿਧਾਇਕ ਬੋਲਦੇ ਸੀਗੇ ਹੁਣ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਜਿਹੜੇ ਪੰਜ ਵਾਰ ਮੁੱਖ ਮੰਤਰੀ ਰਹੇ ਨੇ ਉਨ੍ਹਾਂ ਨੇ ਵੀ ਇਹ ਮੁੱਦੇ ਨੂੰ ਚੱਕ ਲਿਆ ਇਸ ਮੁੱਦੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀ ਕਾਂਗਰਸ ਸਰਕਾਰ ਆ ਉਨ੍ਹਾਂ ਨੂੰ ਉਹ ਘੇਰਨਗੇ ਤੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਚਿੰਤਾ ਉਹ ਜ਼ਰੂਰ ਵਧੇਗੀ ਨਾਲ ਦੇ ਨਾਲ ਜਿਹੜੇ ਦੋ ਇੱਕ ਮੰਤਰੀ ਤੇ ਵਿਧਾਇਕ ਆ ਇਨ੍ਹਾਂ ਦੀ ਚਿੰਤਾ ਜਿਹੜੀ ਉਹ ਵੀ ਵੱਧ ਜਾਵੇਗੀ ਹਾਲਾਂਕਿ ਵਾਰ ਵਾਰ ਕਹਿ ਚੁੱਕੇ ਨੇ ਕਿ ਸਾਡਾ ਇਨ੍ਹਾਂ ਮਾਮਲਿਆਂ ਦੇ ਵਿਚ ਜਾਂ ਉਹਦੀ ਹੱਤਿਆ ਦੇ ਜਿਹੜੀ ਉਹਨੇ ਖੁਦਕੁਸ਼ੀ ਕੀਤੀ ਆ ਉਹਦੇ ਵਿਚ ਸਾਡਾ ਕੋਈ ਦੋਸ਼ ਨਹੀਂ ਸਾਡਾ ਕੋਈ ਰੋਲ ਨਹੀਂ ਸਾਡੀ ਕੋਈ ਭੂਮਿਕਾ ਨਹੀਂ ਪਰ ਇਹ ਜਿਹੜਾ ਮਾਮਲਾ ਉਹ ਇੰਨਾ ਭਖ ਚੁੱਕਿਆ ਪਿਛਲੇ ਦਿਨਾਂ ਦੇ ਵਿਚ ਜਿਹੜਾ ਵਿਕਟਮ ਆ ਉਹਦੀ ਪਤਨੀ ਆ ਜਿਹੜੀ ਉਹ ਵੀ ਵਿਧਾਨ ਸਭਾ ਦੇ ਵਿਚ ਉੱਥੇ ਪ੍ਰੈਸ ਗੈਲਰੀ ਜਿਹੜੀ ਹੈਗੀ ਆ ਉੱਥੇ ਪਹੁੰਚੀ ਸੀਗੀ ਸੁਖਬੀਰ ਆਪਣਾ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਹਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਜਿਹੜੇ ਦੋਸ਼ ਆ ਉਹ ਮਤਲਬ ਇਹਨਾਂ ਦੋਵਾਂ ਆਗੂਆਂ ਦੇ ਜਿਹੜੇ ਕਾਂਗਰਸੀ ਆਗੂ ਨੇ ਇਹਨਾਂ ਦੇ ਲਾਏ ਸਨ ਤਾਂ ਵੀ ਜਿਹੜਾ ਕੋਈ ਮਾਮਲਾ ਉਹ ਪੂਰੀ ਤਰ੍ਹਾਂ ਇਹ ਲੋਕਾਂ ਦੇ ਵਿਚ ਲਿਆਉਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਵੀ ਜਿਹੜੇ ਕਾਂਗਰਸੀ ਨੇ ਇਹਨਾਂ ਨੇ ਮੇਰੇ ਜਿਹੜੇ ਪਤੀ ਆ ਉਹਨਾਂ ਦੀ ਹੱਤਿਆ ਵਾਸਤੇ ਉਹਨਾਂ ਨੂੰ ਖੁਦਕੁਸ਼ੀ ਕਰਨ ਲਈ ਇਹ ਦੋਵੇਂ ਜਿਹੜੇ ਲੋਕ ਤੇ ਇਹ ਇਹਨਾਂ ਨੇ ਮਜਬੂਰ ਕੀਤਾ ਇਹਨਾਂ ਨੇ ਮਤਲਬ ਕਿਤੇ ਨਾ ਕਿਤੇ ਜਿਹੜੇ ਉੱਥੇ ਦਾ ਕੋਈ ਇੱਕ ਹੋਰ ਜ਼ਿਲ੍ਹਾ ਪ੍ਰੀਸ਼ਦ ਦਾ ਕਾਂਗਰਸੀ ਆਗੂ ਨੇ ਉਹ ਜਿਹੜਾ ਵਾਰ ਵਾਰ ਉਹਨਾਂ ਨੂੰ ਉੱਥੇ ਮਤਲਬ ਦਬਾਉਂਦਾ ਸੀਗਾ ਮਾਨਸਿਕ ਪੀੜਾ ਦਿੰਦਾ ਸੀਗਾ ਉਹ ਵੀ ਬਰਾਬਰ ਦਾ ਇੱਕ ਕਿਸੇ ਤਰ੍ਹਾਂ ਦਾ ਇਹ ਦੋਸ਼ੀ ਆ ਇਸ ਕਰਕੇ ਇਹ ਜਿਹੜਾ ਬਿਆਨ ਉੱਪਰ ਉਹਨਾਂ ਵੱਲੋਂ ਆਇਆ ਗਿਆ ਤੇ ਪ੍ਰਕਾਸ਼ ਸਿੰਘ ਬਾਦਲ ਇਹ ਸਰਕਾਰ ਦੀਆਂ ਜਿਹੜੀਆਂ ਚਿੰਤਾ ਉਹ ਜ਼ਰੂਰ ਵਧਾਵੇਗਾ ਕਿਉਂਕਿ ਬਾਦਲ ਸਾਹਿਬ ਨੇ ਇੱਥੇ ਤੱਕ ਗੱਲ ਕਹੀ ਹੈ ਕਿ ਬਹਿਬਲ ਕਲਾਂ ਤੇ ਬਰਗਾੜੀ ਦੀ ਜਿਹੜੀ ਘਟਨਾ ਉਹਦੇ ਡੇਢ ਸਾਲ ਤੇ ਜਿਹੜੇ ਦੋਸ਼ੀ ਆ ਉਹ ਮਤਲਬ ਜਿਹੜੀ ਕਿ ਉਹਨਾਂ ਦੀ ਸਰਕਾਰ ਦੇ ਵਿਚ ਜਿਹੜੇ ਦੋਸ਼ੀ ਇਸ ਕਰਕੇ ਨਹੀਂ ਸੁਲਝਾ ਸਕੇ
ਕਿਉਂਕਿ ਉਹਨਾਂ ਨੂੰ ਪਹਿਲਾਂ ਇਸ ਗੱਲ ਦਾ ਪਤਾ ਨਹੀਂ ਲੱਗਿਆ ਤੇ ਅਕਾਲੀ ਦਲ ਦੀ ਸਰਕਾਰ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਈ ਆ ਕਿਉਂਕਿ ਦੁਸ਼ਮਣ ਉਹਨਾਂ ਨਾਲ ਵੀ ਜਿਹੜੇ ਉਹ ਸਮਝਦੇ ਸੀ ਵੀ ਬਹੁਤ ਚਤਰ ਤੇ ਚਲਾਕ ਸਨ ਤੇ ਹੁਣ ਸਰਕਾਰ ਨੂੰ ਪੁੱਛਣਾ ਚਾਹੁੰਦੇ ਨੇ ਕਿ ਇੰਨਾ ਸਮਾਂ ਲੰਘਣ ਤੋਂ ਬਾਅਦ ਬਹਿਬਲ ਕਲਾਂ ਦੀ ਜਿਹੜੀ ਕਾਰਵਾਈ ਆ ਜਾਂ ਬਰਗਾੜੀਆਂ ਉਹਨੂੰ ਲੈ ਕੇ ਉਹ ਚੁੱਪ ਕਿਉਂ ਨੇ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਆ ਜਿਹੜਾ ਉਹ ਦੇਣਾ ਪਵੇਗਾ ਹਾਲਾਂਕਿ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਵਾਬ ਦਿੱਤਾ ਸੀਗਾ ਉਹਦੇ ਬਾਅਦ ਕਿਤੇ ਨਾ ਕਿਤੇ ਇਹਨਾਂ ਵੱਲੋਂ ਆਪਣਾ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦੇ ਦਿੱਤਾ ਸੀਗਾ ਕਿ ਅਕਾਲੀ ਦਲ ਦਾ ਜਿਹੜਾ ਹਾਸ਼ੀਏ ਪਰ ਚਲੇ ਗਿਆ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ ਕਾਂਗਰਸ ਆ ਜਿਹੜੀ ਫਿਰ ਮੁੜ ਕੇ ਸੱਤਾ ਵਿਚ ਆਵੇਗੀ ਲੰਬਾ ਚੌੜਾ ਬਿਆਨ ਦਿੱਤਾ ਸੀਗਾ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਤੇ ਕਾਂਗਰਸ ਮਤਲਬ ਪੂਰੀ ਤਰ੍ਹਾਂ ਅਕਾਲੀ ਦਲ ਨੂੰ ਜਿਹੜੇ ਕਾਂਗਰਸੀ ਆਗੂ ਇਹਨਾਂ ਨੇ ਠੁਕਰਾ ਦਿੱਤਾ ਸੀਗਾ ਪਰ ਅੱਜ ਦੁਬਾਰਾ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਮਤਲਬ ਉਹਨਾਂ ਨੇ ਚੁੱਪੀ ਧਾਰੀ ਹੋਈ ਸੀਗੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਤਾਂ ਉਹ ਬਠਿੰਡਾ ਰੈਲੀ ਦੇ ਵਿੱਚ ਗਏ ਸੀਗੇ ਜਦੋਂ ਸੁਖਦੇਵ ਸਿੰਘ ਢੇਡਸਾ ਜੀ ਇਹਨਾਂ ਨੂੰ ਛੱਡ ਕੇ ਬਾਦਲ ਪਰਿਵਾਰ ਨੂੰ ਛੱਡ ਕੇ ਅਲੱਗ ਆਪਣਾ ਉਹਨਾਂ ਨੇ ਆਪਣੀ ਜਿਹੜੀ ਰਾਜਨੀਤੀ ਸ਼ੁਰੂ ਕੀਤੀ ਹੈ ਤੇ ਹੁਣ ਇਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਕਿਤੇ ਨਾ ਕਿਤੇ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਿਰ ਜਾਣੀ ਕਿ ਐਕਟਿਵ ਰਾਜਨੀਤੀ ਦੇ ਵਿੱਚ ਸਰਗਰਮ ਹੋਣਗੇ ਜੀ ਤੇ ਨਾਲ ਹੀ ਇਧਰ ਦੱਸਿਓ ਜੀ ਜੇ ਹੁਣ ਆਪਾਂ ਐਕਟਿਵ ਸਿਆਸਤ ਦੀ ਗੱਲ ਕਰਦੇ ਤਾਂ ਸੁਖਪਾਲ ਸਿੰਘ ਖਹਿਰਾ ਹੋਰੇ ਵਾਹਵਾ ਸਰਗਰਮ ਜੇ ਸੀ ਹੁਣ ਉਨ੍ਹਾਂ ਦੀ ਵਿਧਾਇਕੀ ਦੇ ਉੱਤੇ ਸਵਾਲ ਜੇ ਖੜੇ ਹੋ ਰਹੇ ਆ ਬਿਲਕੁਲ ਜੀ ਦੇਖੋ ਸੁਖਪਾਲ ਸਿੰਘ ਖਹਿਰਾ ਤਾਂ ਵੈਸੇ ਪਿਛਲੇ ਸਮੇਂ ਤੋਂ ਥੋੜਾ ਜਿਹਾ ਨਰਮ ਪਏ ਹੋਏ ਨੇ ਕਿਉਂਕਿ ਜਦੋਂ ਉਹ ਬਠਿੰਡਾ ਤੋਂ ਉਨ੍ਹਾਂ ਨੇ ਚੋਣ ਲੜੀ ਆ ਤੇ ਚੋਣ ਹਾਰ ਗਏ ਉਨ੍ਹਾਂ ਦੀ ਜਿਹੜੀ ਜਮਾਨਤ ਤੱਕ ਜ਼ਬਤ ਹੋ ਗਈ ਉਸ ਤੋਂ ਬਾਅਦ ਉਹ ਥੋੜਾ ਜਿਹਾ ਠੰਡੇ ਹੋ ਗਏ ਗੱਲ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਦੀ ਇਹ ਹੈ ਕਿ ਜਿਹੜਾ ਉਨ੍ਹਾਂ ਨੇ ਆਪਣਾ ਅਸਤੀਫ਼ਾ ਪਹਿਲਾਂ ਦਿੱਤਾ ਆਪਣੇ ਵਿਧਾਇਕ ਪਦ ਤੋਂ ਕਿਉਂਕਿ ਉਹ ਭੁਲੱਥ ਤੋਂ ਵਿਧਾਇਕ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਵਾਪਸ ਲੈ ਲਿਆ ਜੀ ਤੇ ਉਨ੍ਹਾਂ ਦੇ ਖਿਲਾਫ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਕੋਲ ਇੱਕ ਅਰਜ਼ੀ ਹੈ ਜਿਹੜੀ ਉਨ੍ਹਾਂ ਦੀ ਮੈਂਬਰੀ ਖਾਰਜ ਕਰਨ ਵਾਸਤੇ ਪਟੀਸ਼ਨ ਪਾਈ ਹੋਈ ਸੀਗੀ ਇੱਕ ਤਾਂ ਭੁਲੱਥ ਤੋਂ ਸੀਗੇ ਆਪਣੇ ਪਟੀਸ਼ਨਰ ਉਨ੍ਹਾਂ ਵੱਲੋਂ ਪਾਈ ਗਈ ਸੀ ਤੇ ਦੂਜਾ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਨ੍ਹਾਂ ਆਪਣੇ ਹਰਪਾਲ ਸਿੰਘ ਚੀਮਾ ਤੇ ਜਿਹੜੇ ਦੂਜੇ ਵਿਧਾਇਕ ਤੇ ਉਨ੍ਹਾਂ ਵੱਲੋਂ ਵੀ ਇੱਕ ਜਿਹੜੀ ਇਹ ਪਟੀਸ਼ਨ ਪਾਈ ਹੋਈ ਸੀ ਤੇ ਇਨ੍ਹਾਂ ਦੀ ਜਿਹੜੀ ਆਪਣੀ ਦਲ ਬਦਲੂ ਐਕਟ ਦੇ ਤਹਿਤ ਐਂਟੀ ਡਿਫੈਕਸ਼ਨ ਲਾ ਦੇ ਤਹਿਤ ਇਨ੍ਹਾਂ ਦੀ ਮੈਂਬਰੀ ਖਾਰਜ ਹੋਣੀ ਚਾਹੀਦੀ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਤੁਹਾਡੇ ਯਾਦ ਹੋਣਾ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਉਹ ਤੋਂ ਚੋਣਾਂ ਤੋਂ ਪਹਿਲਾਂ ਇਨ੍ਹਾਂ ਨੇ 2018 ਦੇ ਵਿਚ ਆਪਣੀ ਜਿਹੜੀ ਇੱਕ ਪਾਰਟੀ ਆ ਆਪਣਾ ਮਤਲਬ ਪੰਜਾਬ ਏਕਤਾ ਪਾਰਟੀ ਇਨ੍ਹਾਂ ਨੇ ਗਠਿਤ ਕੀਤੀ ਬਕਾਇਦਾ ਇਹ ਪ੍ਰਧਾਨ ਬਣੇ ਉਹ ਤੋਂ ਉਸ ਪਾਰਟੀ ਦੇ ਇਨ੍ਹਾਂ ਨੇ ਜਿਹੜਾ ਇੱਕ ਪੰਜਾਬ ਚੋਣਾਂ ਦੇ ਵਿਚ ਲੋਕ ਸਭਾ ਦੀਆਂ ਚੋਣਾਂ ਦੇ ਵਿਚ ਇੱਕ ਆਪਣਾ ਰਾਜਸੀ ਧੜਾ ਬਣਾ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਸੀਗੀਆਂ ਉਨ੍ਹਾਂ ਦੇ ਨਾਲ ਇੱਕ ਇਨ੍ਹਾਂ ਨੇ ਗੱਠਜੋੜ ਕਰਕੇ ਚੋਣ ਲੜੀ ਖੁਦ ਚੋਣ ਲੜੀ ਤੇ ਜਿਹੜੇ ਆਪਣੇ ਹੋਰ ਕੈਂਡੀਡੇਟ ਆ ਉਨ੍ਹਾਂ ਨੂੰ ਵੀ ਚੋਣ ਲੜਾਈ ਇਹ ਮਾਮਲਾ ਉਦੋਂ ਦਾ ਬਹੁਤ ਭਕਿਆ ਸੀਗਾ ਜਦੋਂ ਤੋਂ ਕੇਜਰੀਵਾਲ ਨੇ ਇਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾ ਕੇ ਇਨ੍ਹਾਂ ਦੀ ਜਗ੍ਹਾ ਤੇ ਹਰਪਾਲ ਚੀਮੇ ਨੂੰ ਮਤਲਬ ਵਿਰੋਧੀ ਧਿਰ ਦਾ ਲੀਡਰ ਬਣਾ ਦਿੱਤਾ ਉਹ ਤੋਂ ਬਾਅਦ ਇਹ ਆਪ ਤੋਂ ਅਲੱਗ ਥਲੱਗ ਹੋ ਕੇ ਰਹਿ ਗਏ ਉਦੋਂ ਇਹ ਬਹੁਤ ਵੱਡੀਆਂ ਗੱਲਾਂ ਕਰਦੇ ਸੀਗੇ ਕਿ ਮੈਂ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਇੱਕ ਅਹੁਦਾ ਤਾਂ ਕਿਹਾ ਉਹ ਹਜ਼ਾਰ ਅਹੁਦੇ ਛੱਡਣ ਨੂੰ ਵੀ ਤਿਆਰ ਨੇ ਪਰ ਜਦੋਂ ਉਨ੍ਹਾਂ ਨੇ ਅਹੁਦਾ ਮਤਲਬ ਛੱਡਤਾ ਲੋਕ ਸਭਾ ਚੋਣ ਤੋਂ ਪਹਿਲਾਂ ਆਪਣਾ ਅਸਤੀਫ਼ਾ ਦੇ ਤਾ ਉਸ ਤੋਂ ਉਹ ਸਪੀਕਰ ਵੱਲੋਂ ਪ੍ਰਵਾਨ ਨਹੀਂ ਤਾਂ ਕੀਤਾ ਜਾ ਰਿਹਾ ਹੁਣ ਤੱਕ ਵੀ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਇਨ੍ਹਾਂ ਨੇ ਪਿਛਲੇ ਕੁਝ ਮਹੀਨੇ ਪਹਿਲਾਂ ਜਿਹੜਾ ਆਪਣਾ ਵਿਧਾਇਕ ਪਦ ਤੋਂ ਅਸਤੀਫ਼ਾ ਦਿੱਤਾ ਸੀ ਉਹ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਤੇ ਅਸਤੀਫ਼ਾ ਵਾਪਸ ਲੈਣ ਤੋਂ ਬਾਅਦ ਇਨ੍ਹਾਂ ਦੀ ਕਾਫ਼ੀ ਜਾਣੀ ਕਿ ਉੱਥੇ ਥੂ ਥੂ ਹੋਈ ਸੀਗੀ ਤੇ ਲੋਕਾਂ ਨੇ ਇਨ੍ਹਾਂ ਨੂੰ ਕਾਫ਼ੀ ਕਮੈਂਟ ਕੀਤੇ ਸੀਗੇ ਇਸ ਕਰਕੇ ਇਨ੍ਹਾਂ ਦੀ ਜਿਹੜੀ ਰਾਜਨੀਤੀ ਐਕਟੀਵਿਟੀ ਆ ਜਾਂ ਰਾਜਨੀਤੀ ਜਿਹੜੀ ਆ ਇਨ੍ਹਾਂ ਦੀਆਂ ਸਰਗਰਮੀਆਂ ਸੀਗੀਆਂ ਉਹ ਵੀ ਘੱਟ ਗਈਆਂ ਤੇ ਉਹਦੇ ਬਾਅਦ ਉੱਥੇ ਜਿਹੜੇ ਉਨ੍ਹਾਂ ਦੇ ਪਟੀਸ਼ਨਰ ਤੇ ਜਿਹੜੇ ਭੁਲੱਥ ਤੋਂ ਉਨ੍ਹਾਂ ਦੇ ਵੱਲੋਂ ਇੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਪਾਈ ਕੀਤੀ ਗਈ ਸੀਗੀ ਕਿ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਆ ਉਨ੍ਹਾਂ ਵੱਲੋਂ ਰਾਜਸੀ ਮਤਲਬ ਦਬਾਅ ਹੇਠ ਰਾਜਸੀ ਜਿਹੜੀਆਂ ਗਿਣਤੀਆਂ ਮਿਣਤੀਆਂ ਨੂੰ ਦੇਖਦੇ ਹੋਏ ਐਂਟੀ ਡਿਫੈਕਸ਼ਨ ਦੇ ਲਾਅ ਦੇ ਤਹਿਤ ਸੁਖਪਾਲ ਸਿੰਘ ਖਹਿਰਾ ਦਾ ਦੇ ਖਿਲਾਫ਼ ਜਿਹੜੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਸ ਕਰਕੇ ਵਾਰ ਵਾਰ ਉਦੋਂ ਨੋਟਿਸ ਆ ਜਿਹੜਾ ਵਿਧਾਨ ਸਭਾ ਨੂੰ ਤੇ ਸਰਕਾਰ ਨੂੰ ਭੇਜਿਆ ਪਰ ਸਰਕਾਰ ਵੱਲੋਂ ਕੋਈ ਜਿਹੜਾ ਨਿਯਤ ਸਮੇਂ ਦੇ ਵਿਚ ਜਵਾਬ ਨਹੀਂ ਦਿੱਤਾ ਗਿਆ ਇਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪੀਕਰ ਨੂੰ ਇੱਕ ਜਾਣੀ ਕਿ ਨੋਟਿਸ ਭੇਜ ਰਿਹਾ ਜਾਂ ਉਹਨੂੰ ਨੋਟਿਸ ਜਾਰੀ ਕਰਤਾ ਕਿ ਸਾਨੂੰ ਜਵਾਬ ਦਿੱਤਾ ਜਾਵੇ
ਕਿਉਂ ਨਾ ਜਿਹੜੀ ਵਿਧਾਨ ਸਭਾ ਦੀ ਜਿਹੜੀ ਮੈਂਬਰੀ ਆ ਉਹ ਖਾਰਜ ਕਰ ਦਿੱਤੀ ਜਾਵੇ ਸੁਖਪਾਲ ਖਹਿਰਾ ਉਹਨਾਂ ਦੀ। ਇਸ ਕਰਕੇ ਹੁਣ ਸਪੀਕਰ ਨੂੰ ਜਵਾਬ ਦੇਣਾ ਪਵੇਗਾ ਕਿਉਂਕਿ ਇਸ ਮਾਮਲੇ ਦੇ ਵਿੱਚ ਇਹ ਮਾਮਲਾ ਕਿਤੇ ਨਾ ਕਿਤੇ ਹੋਰ ਲੰਬਾ ਜਿਹੜਾ ਲਟਕ ਜਾਵੇਗਾ ਕਿਉਂਕਿ ਸਰਕਾਰ ਜਾਂ ਵਿਧਾਨ ਸਭਾ ਵੱਲੋਂ ਜਵਾਬ ਦਿੱਤਾ ਜਾਵੇਗਾ। ਇਹ ਮਾਮਲਾ 2 ਸਾਲ ਚੋਣਾਂ ਦਾ ਹੈਗਾ, ਕਿਤੇ ਨਾ ਕਿਤੇ ਮਾਮਲਾ ਜਿਹੜਾ ਹੋਰ ਲੰਬਾ ਹੋਵੇਗਾ। ਇਸ ਮਾਮਲੇ ਦੇ ਵਿੱਚ ਸੁਖਪਾਲ ਖਹਿਰਾ ਦਾ ਸਿਆਸੀ ਭਵਿੱਖ ਆ ਜਿਹੜਾ ਉਹ ਦਾਅ ਤੇ ਵੀ ਲੱਗ ਸਕਦਾ ਕਿਉਂਕਿ ਇਹ ਜਦੋਂ ਮਾਮਲਾ ਉੱਥੇ ਲਟਕਿਆ ਜਾਵੇਗਾ ਗੱਲ ਲੰਬੀ ਜਾਵੇਗੀ। ਜੇਕਰ ਐਂਟੀ ਡਿਫੈਕਸ਼ਨ ਲਾ ਦੇ ਤਹਿਤ ਇਹ ਕਾਰਵਾਈ ਹੋ ਜਾਂਦੀ ਆ ਤਾਂ ਉਹਦੇ ਤਹਿਤ ਜੋ ਕਾਨੂੰਨ ਦੇ ਮੁਤਾਬਕ ਜਿਹੜੇ ਨੇ ਪਿੱਛੇ ਪੱਤੇ ਦਿੱਤੇ ਨੇ ਆਪਣੇ ਵਿਧਾਇਕ ਹੋਣ ਦੇ ਉਹ ਇਹਨੂੰ ਜਮ੍ਹਾਂ ਵੀ ਕਰਵਾਉਣੇ ਪੈ ਸਕਦੇ ਨੇ ਤੇ ਆਉਣ ਵਾਲੇ ਜਿਹੜੇ 6 ਸਾਲਾਂ ਵਾਸਤੇ ਕਿਸੇ ਤਰ੍ਹਾਂ ਦਾ ਇਹ ਇਲੈਕਸ਼ਨ ਆ ਜਿਹੜੇ ਉਹ ਵੀ ਨਹੀਂ ਲੜ ਸਕਦਾ। ਇਸ ਕਰਕੇ ਜਿਹੜਾ ਇਹਦਾ ਰਾਜਨੀਤਿਕ ਭਵਿੱਖ ਆ ਉਹ ਧੁੰਦਲਾ ਹੋ ਸਕਦਾ। ਹੁਣ ਵਿਧਾਨ ਸਭਾ ਦਾ ਜਿਹੜਾ ਸਕੱਤਰੇਤ ਆ ਉਹਦੇ ਵੱਲੋਂ ਕਿੱਦਾਂ ਦਾ ਜਵਾਬ ਦਿੱਤਾ ਜਾਂਦਾ ਜਾਂ ਹਾਈ ਕੋਰਟ ਉਸ ਆਪਣਾ ਕਿਆ ਰੁੱਖ ਅਪਣਾਉਂਦਾ, ਕਿਹੜੇ ਕਾਨੂੰਨ ਦੀਆਂ ਬਰੀਕੀਆਂ ਦੇ ਨਾਲ ਕਿਸ ਧਾਰਾ ਦੇ ਤਹਿਤ ਹਾਈ ਕੋਰਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਾਰਵਾਈ ਕੀਤੀ ਜਾਵੇਗੀ ਜਾਂ ਐਕਸ਼ਨ ਲਿਆ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਜ਼ਰੂਰ ਆ ਕਿ ਜਿਹੜਾ ਸੁਖਪਾਲ ਖਹਿਰਾ ਦਾ ਜਿਹੜਾ ਸਿਆਸੀ ਭਵਿੱਖ ਆ ਉਹ ਜ਼ਰੂਰ ਡਗਮਗਾ ਸਕਦਾ ਜੀ। ਤੇ ਅਗਲੀ ਗੱਲ ਜੀ ਕਰੀਏ ਫਿਰ ਆਪਾਂ ਕੋਰੋਨਾ ਦੀ, ਉਸ ਨੂੰ ਲੈ ਕੇ ਰੱਬ ਦੇ ਘਰ ਬੰਦ ਨੇ ਤੇ ਹਸਪਤਾਲ ਖੁੱਲੇ ਨੇ। ਦੇਖੋ ਬਿਲਕੁਲ ਤੁਹਾਡੀ ਸਹੀ ਗੱਲ ਆ ਕਿ ਰੱਬ ਦੇ ਘਰ ਜਦੋਂ ਬੰਦੇ ਦਾ ਬਿਲਕੁਲ ਮਨ ਟੁੱਟ ਜਾਂਦਾ ਜਾਂ ਉਸ ਨੂੰ ਕੋਈ ਸ਼ਕਤੀ ਚਾਹੀਦੀ ਆ ਤਾਕਤ ਚਾਹੀਦੀ ਆ ਤਾਂ ਜਿਹੜਾ ਵਿਅਕਤੀ ਆ ਉਹ ਆਪਣੇ ਜਿਹੜੀ ਜਿਸ ਧਰਮ ਦੇ ਵਿੱਚ ਉਹ ਆਸਥਾ ਰੱਖਦਾ ਉਸ ਧਰਮ ਦੇ ਵਾਸਤੇ ਜਾਂਦਾ। ਗੁਰਦੁਆਰੇ ਮੰਦਰ ਮਸੀਹਤ ਮਸਜਿਦ ਜਿੱਥੇ ਜਿਸ ਆਸਥਾ ਨਾਲ ਜੁੜਿਆ ਜਿਸ ਧਰਮ ਨਾਲ ਜੁੜਿਆ ਹੋਇਆ ਵਿਅਕਤੀ ਉੱਥੇ ਜਾਂਦਾ। ਪਰ ਅੱਜ ਇੱਕ ਗੱਲ ਸਪਸ਼ਟ ਹੋ ਗਈ ਕਿ ਧਰਮ ਆ ਜਿਹੜਾ ਉਹ ਪਿੱਛੇ ਰਹਿ ਗਿਆ, ਅੱਜ ਜਿਹੜੀ ਸਾਇੰਸ ਆ ਉਹ ਜਿੱਤ ਰਹੀ ਆ। ਲੋਕ ਤਰਕ ਦੀ ਕਸੋਟੀ ਪਰ ਵਿਗਿਆਨ ਦੀ ਕਸੋਟੀ ਪਰ ਅੱਜ ਸਭ ਕੁਝ ਖਰਾ ਜਿਹੜਾ ਸਪਸ਼ਟ ਹੋ ਰਿਹਾ। ਵੈਸ਼ਨੋ ਦੇਵੀ ਦੀ ਜਿਹੜੀ ਯਾਤਰਾ ਉੱਥੇ ਦੀ ਪ੍ਰਬੰਧਕ ਕਮੇਟੀ ਨੇ ਮਤਲਬ ਯਾਤਰਾ ਰੋਕ ਲਾ ਦਿੱਤੀ। ਹਿਮਾਚਲ ਦੇ ਵਿੱਚ ਜਿਹੜਾ ਪ੍ਰਸਿੱਧ ਸ਼ਕਤੀ ਪੀਠ ਮੰਦਰ ਆ ਨੈਣਾ ਦੇਵੀ ਦਾ ਉਹ ਵੀ ਬੰਦ ਕਰ ਦਿੱਤਾ ਗਿਆ। ਇਸ ਤਰ੍ਹਾਂ ਹੀ ਪਟਿਆਲੇ ਦੇ ਵਿੱਚ ਕਾਲੀ ਦੇਵੀ ਦਾ ਜਿਹੜਾ ਮੰਦਰ ਆ ਉਹ ਵੀ ਬੰਦ ਕਰ ਦਿੱਤਾ ਗਿਆ। ਹੋਰ ਵੀ ਬਹੁਤ ਸਾਰੇ ਮੰਦਰ ਨੇ ਆਪਣੇ ਭਾਰਤ ਦੇ ਜਿਹੜੇ ਵੱਖ ਵੱਖ ਸੂਬੇ ਆ ਉਹਨਾਂ ਦੇ ਜਿਹੜੇ ਪ੍ਰਸਿੱਧ ਮੰਦਰ ਨੇ ਉੱਥੇ ਵੀ ਜਿਹੜੀ ਯਾਤਰਾ ਸ਼ਰਧਾਲੂ ਨੇ ਉਹਨਾਂ ਦੇ ਆਉਣ ਤੇ ਰੋਕ ਲਗਾ ਦਿੱਤੀ ਗਈ ਨੇ ਤਾਂ ਕਿ ਜਿਹੜਾ ਕੋਰੋਨਾ ਵਾਇਰਸ ਦਾ ਜਿਹੜਾ ਫੈਲਿਆ ਹੋਇਆ ਫੈਲਾਅ ਹੋ ਰਿਹਾ ਉਹਦੀ ਰੋਕਥਾਮ ਲਈ ਜਾਂ ਉਹਦੇ ਬਚਾਅ ਲਈ ਇਹਨੂੰ ਅੱਗੇ ਫੈਲਣ ਤੋਂ ਰੋਕਣ ਲਈ ਯਤਨ ਕੀਤੇ ਜਾ ਸਕਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਵੀ ਅੱਜ ਧਾਰਮਿਕ ਸੰਸਥਾਵਾਂ ਦੇ ਜਿਹੜੇ ਮੁਖੀ ਨੇ ਆਗੂ ਨੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਘੱਟ ਤੋਂ ਘੱਟ ਜਿਹੜੇ ਸਮਾਗਮ ਆ ਉਹ ਕੀਤੇ ਜਾਣ ਤੇ 50 ਵਿਅਕਤੀਆਂ ਤੋਂ ਘੱਟ ਜਿੱਥੇ ਇਕੱਠ ਆ ਉਹ ਕਾਰਨ ਦੀ ਮਤਲਬ ਉਹਨਾਂ ਨੇ ਕਿਹਾ ਵੀ ਉਹ 50 ਤੋਂ ਵੱਧ ਕੋਈ ਇਕੱਠ ਨਾ ਕੀਤਾ ਜਾਵੇ, ਉਹ ਤੋਂ ਘੱਟ ਹੀ ਕੀਤਾ ਜਾ ਸਕੇ ਕਿਉਂਕਿ ਲੋਕਾਂ ਨੂੰ ਜਾਗਰੂਕਤਾ ਜਿਹੜੀ ਉਹ ਲਿਆਉਣੀ ਜ਼ਰੂਰੀ ਆ। ਇਹ ਜਿਹੜਾ ਫੈਲਾਏ ਵਾਇਰਸ ਆ ਇੱਕ ਤੋਂ ਵੱਧ ਇੱਕ ਵਿਅਕਤੀ ਕੋਲ ਬੜੀ ਤੇਜ਼ੀ ਨਾਲ ਫੈਲ ਰਿਹਾ। ਅਲੱਗ ਅਲੱਗ ਜਗ੍ਹਾ ਇਹਨਾਂ ਉਹਨਾਂ ਨੇ ਦੱਸਿਆ ਵੀ ਜੇ ਹੱਥ ਨੂੰ ਨਾਲ ਟੱਚ ਹੁੰਦਾ ਜਾਂ ਕੱਪੜੇ ਨਾਲ ਟੱਚ ਹੁੰਦਾ ਉਹ ਫੈਲਣ ਦੇ ਵਿੱਚ ਇਹ ਇੰਨਾ ਸ਼ਕਤੀਸ਼ਾਲੀ ਆ ਇੰਨਾ ਪ੍ਰਭਾਵਸ਼ਾਲੀ ਵਾਇਰਸ ਆ ਤੇ ਇੱਕ ਤੋਂ ਵੱਧ ਇੱਕ ਅੱਗੇ ਜਿਹੜਾ ਵਿਅਕਤੀ ਨੂੰ ਬਹੁਤ ਤੇਜ਼ੀ ਨਾਲ ਫੈਲਦਾ। ਇਸ ਕਰਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂ ਇਹ ਜਿਹੜਾ ਵਾਇਰਸ ਫੈਲਿਆ ਇਹਨੂੰ ਫੈਲਾਅ ਤੋਂ ਰੋਕਣ ਵਾਸਤੇ ਸੁਰੱਖਿਅਤ ਵਾਸਤੇ ਇਹ ਮਤਲਬ ਕਿਹਾ ਕਿ ਇਸ ਮਹਾਮਾਰੀ ਨੂੰ ਮਤਲਬ ਹੋਰ ਫੈਲਣ ਤੋਂ ਰੋਕਣ ਲਈ ਇਹ ਜਿਹੜੇ ਸੁਝਾਅ ਉਹਨਾਂ ਨੂੰ ਦਿੱਤਾ ਅਪੀਲ ਉਹਨਾਂ ਨੂੰ ਕੀਤੀ ਹੈ ਕਿ ਘੱਟ ਤੇ ਘੱਟ ਜਿਹੜੇ ਲੋਕ ਉਹ ਸ਼ਰਧਾਲੂ ਆ ਉਹਨਾਂ ਨੂੰ ਆਪਣੇ ਧਾਰਮਿਕ ਜਿਹੜੇ ਅਦਾਰੇ ਆ ਉਹਨਾਂ ਦੇ ਵਿੱਚ ਬੁਲਾਇਆ ਜਾਵੇ ਜਾਂ ਸਮਾਗਮ ਵਿੱਚ ਆਉਣ ਤੋਂ ਰੋਕਿਆ ਜਾਵੇ। ਇਸੇ ਤਰ੍ਹਾਂ ਨੇ ਉਹਨਾਂ ਨੇ ਜਿਹੜੀਆਂ ਅਦਾਲਤਾਂ ਉਹਨਾਂ ਨੂੰ ਵੀ ਮਤਲਬ ਇੱਕ ਅਪੀਲ ਕੀਤੀ ਹੈ ਕਿ ਜਿਹੜੇ ਛੋਟੇ ਮੋਟੇ ਮਾਮਲੇ ਆ ਉਹਨਾਂ ਦੇ ਵਿੱਚ ਜਮਾਨਤ ਦੇ ਦਿੱਤੀ ਜਾਵੇ ਜਾਂ ਫਿਰ ਤਾਂ ਕਿ ਉਹਨਾਂ ਨੂੰ ਜਿਹੜੀ ਜੇਲਾਂ ਦੇ ਵਿੱਚ ਰਹਿਣਾ ਨਾ ਪਵੇ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੇਲ੍ਹ ਦੇ ਵਿੱਚ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੀ ਆਪਾਂ ਪਹਿਲਾਂ ਜ਼ਿਕਰ ਕਰਕੇ ਹਟਾਉਣੇ 58 ਤੋਂ ਉਹਨਾਂ ਨੂੰ ਪੈਰੋਲ ਦੇਣ ਤੇ ਸਰਕਾਰ ਵਿਚਾਰ ਕਰ ਰਹੀ ਆ ਕਿਉਂਕਿ ਸੁਪਰੀਮ ਕੋਰਟ ਵਿੱਚ
ਨੇ ਵੀ ਜੇਲਾਂ ਚ ਕੈਦੀਆਂ ਦੀ ਗਿਣਤੀ ਨੂੰ ਘਟਾਉਣ ਵਾਸਤੇ ਗੱਲ ਕੀਤੀ ਆ। ਇਸ ਕਰਕੇ ਉਹ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਨ੍ਹਾਂ ਕੋਲ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਵਾਸਤੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਐਡਵੋਕੇਟ ਜਨਰਲ ਨੇ ਅਤਲ ਨੰਦਾ ਉਨ੍ਹਾਂ ਨੂੰ ਇਹ ਮਤਲਬ ਕਿਹਾ ਤੇ ਉਨ੍ਹਾਂ ਦੀ ਡਿਊਟੀ ਲਈ ਹੈ ਕਿ ਮਾਮਲਾ ਜਿਹੜਾ ਕਾਨੂੰਨੀ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਆ ਉਨ੍ਹਾਂ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਗੱਲ ਕਰਨ ਤਾਂ ਕਿ ਸਾਰਾ ਜਿਹੜਾ ਮਾਮਲਾ ਵੀ ਉਹਨੂੰ ਕਾਨੂੰਨੀ ਤੌਰ ਤੇ ਕਿੱਥੇ ਖੜਦਾ ਕੋਈ ਕੱਲ ਨੂੰ ਅੜਚਣਾ ਨਾ ਆ ਜਾਵੇ ਉਹ ਸਾਰੇ ਮਾਮਲਿਆਂ ਨੂੰ ਲੈ ਕੇ ਵਿਚਾਰ ਚਰਚਾ ਕਰ ਦੇਣਗੇ। ਹੁਣ ਤੱਕ ਜੇ ਆਪਾਂ ਪੰਜਾਬ ਦੀ ਗੱਲ ਕਰੀਏ 116 ਦੇ ਕਰੀਬ ਜਿਹੜੇ ਸ਼ੱਕੀ ਮਾਮਲੇ ਆ ਉਹ ਪੰਜਾਬ ਦੇ ਵਿਚ ਆਏ ਗਏ ਨੇ ਤੇ ਜਿਹੜੀ ਉਨ੍ਹਾਂ ਵੱਲੋਂ ਹੁਣ ਸਰਕਾਰ ਵੱਲੋਂ ਇੱਕ ਜਿਹੜੀ ਅਡਵਾਈਜ਼ਰੀ ਜਾਰੀ ਕੀਤੀ ਗਈ ਆ ਉਹਦੇ ਵਿਚ ਮੀਡੀਆ ਜਿਹੜਾ ਬੁਲੇਟਿਨ ਜਾਰੀ ਕੀਤਾ ਗਿਆ ਉਹਦੇ ਚ ਦੱਸਿਆ ਗਿਆ ਕਿ ਜਿਹੜੇ 117 ਜਿਹੜੇ ਇਨ੍ਹਾਂ ਨੇ ਨਮੂਨਿਆਂ ਦੀ ਮਤਲਬ ਜਾਂਚ ਲਈ ਆ ਕੀਤੀ ਗਈ ਆ ਜਿਹਦੇ ਵਿਚ ਸਿਰਫ ਪੰਜਾਬ ਦੇ ਵਿਚ ਇੱਕ ਮਰੀਜ਼ ਆ ਜਿਹੜਾ ਵਾਇਰਸ ਦਾ ਜਿਹੜਾ ਪਾਇਆ ਗਿਆ ਨੈਗੇਟਿਵ ਪਾਇਆ ਗਿਆ ਜਦਕਿ ਹਲੇ ਚਾਰ ਜਿਹੜੇ ਹੋਰ ਬਾਕੀ ਸਾਰੇ ਨੈਗੇਟਿਵ ਨੇ ਤੇ ਉਨ੍ਹਾਂ ਦੀ ਰਿਪੋਰਟ ਜਿਹੜੀ ਆਉਣੀ ਬਾਕੀ ਆ। ਇਸ ਤੱਕ ਸਰਕਾਰ ਦਾ ਇਹ ਕਹਿਣਾ ਕਿ ਹੁਣ ਤੱਕ ਜਿਹੜੇ ਵੱਖ ਵੱਖ ਜਗ੍ਹਾ ਤੇ ਇਨ੍ਹਾਂ ਨੇ ਚੈਕਿੰਗ ਕੀਤੀ ਆ ਜਾਂ ਮਰੀਜ਼ਾਂ ਦੀ ਨੂੰ ਲੈ ਕੇ ਵੀ ਕੋਈ ਮਰੀਜ਼ ਨਾ ਹੋਵੇ ਜਾਂ ਸਾਵਧਾਨੀ ਵਰਤੀ ਆ, ਅੰਮ੍ਰਿਤਸਰ ਹਵਾਈ ਅੱਡੇ ਤੇ ਇਨ੍ਹਾਂ ਨੇ 62,570 ਜਿਹੜੇ ਯਾਤਰੀ ਆਏ ਆ ਉਨ੍ਹਾਂ ਨੂੰ ਮਤਲਬ ਇਨ੍ਹਾਂ ਨੇ ਚੈੱਕ ਕੀਤਾ ਗਿਆ। ਇਸੇ ਤਰ੍ਹਾਂ ਮੋਹਾਲੀ ਜਿਹੜੇ ਆਪਣਾ ਏਅਰਪੋਰਟ ਆ ਉੱਥੇ 7,48, ਬਾਘਾ ਬਾਰਡਰ ਰਾਹੀਂ 7,574, ਜਿਹੜੀ ਆਪਾਂ ਡੇਰਾ ਬਾਬਾ ਨਾਨਕ ਚੈੱਕ ਪੋਸਟ ਆ ਉੱਥੇ 18,188, ਏਦਾਂ ਹੀ ਕੁੱਲ ਜਿਹੜੇ ਯਾਤਰੀ ਬਣਦੇ ਨੇ ਅਲੱਗ ਅਲੱਗ ਮਤਲਬ ਦੇਸ਼ਾਂ ਤੋਂ ਆਏ ਨੇ ਜਾਂ ਇਹ ਸਾਰੇ 95,000 ਤੋਂ ਉੱਪਰ ਬਣਦੇ ਨੇ। ਇਸ ਕਰਕੇ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹ ਕੀਤੇ ਜਾ ਰਹੇ ਨੇ, ਚੈਕਿੰਗ ਕੀਤੀ ਜਾ ਰਹੀ ਆ, ਲੋਕਾਂ ਨੂੰ ਇਤਿਹਾਸ ਤੋਂ ਵਰਤਣ ਵਾਸਤੇ ਕਿਹਾ ਜਾ ਰਿਹਾ। ਤੇ ਸਰਕਾਰ ਵੱਲੋਂ ਇੱਕ ਹੋਰ ਚਿੱਠੀ ਆ ਜਿਹੜੀ ਉਹ ਵੀ ਜਾਰੀ ਕੀਤੀ ਗਈ ਹੈ ਕਿ ਜਿਹੜੇ ਦਫ਼ਤਰਾਂ ਦੇ ਵਿਚ ਅਜਿਹਾ ਪ੍ਰਬੰਧ ਕੀਤਾ ਜਾਵੇ ਜਿੱਥੇ ਵੀ 50 ਦੇ ਕਰੀਬ ਜਿਹੜੇ ਮਤਲਬ ਮੁਲਾਜ਼ਮ ਕਰਦੇ ਨੇ ਉਨ੍ਹਾਂ ਨੂੰ ਇਸ ਢੰਗ ਨਾਲ ਬਿਠਾਇਆ ਜਾਵੇ ਤਾਂ ਕਿ ਉਨ੍ਹਾਂ ਦੀ ਜਿਹੜੀ ਵਿਚ ਗੈਬ ਆ ਅੰਤਰ ਆ ਉਹ 1 ਮੀਟਰ ਦਾ ਘੱਟੋ ਘੱਟ ਹੋਵੇ। ਉਹ ਵੀ ਉਨ੍ਹਾਂ ਨੇ ਮਤਲਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਜਿਹੜੀ ਚਿੱਠੀ ਆ ਉਹ ਜਾਰੀ ਕਰ ਦਿੱਤੀ ਗਈ ਆ। ਇਹ ਚਿੱਠੀ ਕਿੰਨਾ ਕੁ ਅਸਰ ਰਖਾਉਂਦੀ ਆ ਜਾਂ ਵਿਭਾਗਾਂ ਵਿਚ ਸਰਕਾਰ ਵੱਲੋਂ ਕਿਵੇਂ ਪ੍ਰਬੰਧ ਕੀਤਾ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਕਈ ਮਤਲਬ ਦਫ਼ਤਰ ਅਜਿਹੇ ਨੇ ਜਿਨ੍ਹਾਂ ਦੇ ਕੋਲ ਬਹੁਤ ਘੱਟ ਜਗ੍ਹਾ ਏ, ਉਸ ਅਵਸਥਾ ਦੇ ਵਿਚ ਦਫ਼ਤਰਾਂ ਦੇ ਜਿਹੜੇ ਮੁਖੀ ਨੇ ਉਹ ਕਿਵੇਂ ਵਿਭਾਗਾਂ ਦੇ ਮੁਖੀ ਆਪਣਾ ਪ੍ਰਬੰਧ ਕਰਨਗੇ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿਚ ਪਤਾ ਲੱਗੇਗਾ। ਪਰ ਫਿਲਹਾਲ ਜਿਹੜੀ ਕਿ ਜਿਹੜਾ ਇਹ ਮਾਮਲਾ ਇਹ ਮਤਲਬ ਜਿਹੜਾ ਡੇ ਬਾਈ ਡੇ ਆ ਜਿਹੜਾ ਇਹ ਮਤਲਬ ਫੈਲਾਅ ਇਹਦਾ ਹੁੰਦਾ ਜਾ ਰਿਹਾ, ਬਿਲਕੁਲ ਜਿਹੜੀ ਰੋਕਣ ਵਾਸਤੇ ਜਿਹੜੀਆਂ ਸਰਕਾਰਾਂ ਆਪਣੇ ਪੱਧਰ ਦੇ ਸਿਹਤ ਸੰਸਥਾਵਾਂ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਇਵੇਂ ਵੀ ਸੇਵਾ ਦੇ ਵਿਚ ਜੁਟੀਆਂ ਹੋਈਆਂ ਨੇ, ਪਰ ਕਿਤੇ ਨਾ ਕਿਤੇ ਹਲੇ ਪੰਜਾਬ ਦੇ ਵਿਚ ਜਿਹੜੀ ਸਥਿਤੀ ਆ ਉਹ ਕੰਟਰੋਲ ਦੇ ਹੇਠ ਆ, ਪਰ ਰਹਿਣੀ ਵੀ ਚਾਹੀਦੀ ਆ। ਜਦਕਿ ਸਾਡਾ ਆਪਣਾ ਜਿਹੜਾ ਗੁਆਂਢੀ ਸੂਬਾ ਹਰਿਆਣਾ ਉੱਥੇ 2 ਕੇਸ ਆ ਜਿਹੜੇ ਇਹ ਸਾਹਮਣੇ ਆ ਚੁੱਕੇ ਨੇ, ਦੋਵੇਂ ਗੁੜਗਾਉਣ ਤੇ ਨੇ ਤੇ ਪਹਿਲਾਂ ਇੱਕ ਔਰਤ ਆ ਜਿਹੜੀ ਉਹਨੂੰ ਇਹਦੀ ਰਿਪੋਰਟ ਦੇ ਵਿਚ ਪੋਜ਼ਿਟਿਵ ਆਇਆ ਸੀਗਾ ਤੇ ਅੱਜ ਆ ਜਿਹੜਾ ਕਿ ਇੱਕ ਹੋਰ ਜਿਹੜਾ ਵਿਅਕਤੀ ਆ ਉਹਦੀ ਰਿਪੋਰਟ ਦੇ ਵਿਚ ਜਿਹੜਾ ਕੋਰੋਨਾ ਵਾਇਰਸ ਪੋਜ਼ਿਟਿਵ ਦੀ ਰਿਪੋਰਟ ਆ ਗਈ ਤੇ ਇੱਕ ਜਿਹੜਾ ਮਰੀਜ਼ ਆ ਇਹ ਫੋਰਟਿਸ ਹੋਸਪਿਟਲ ਚੰਡੀਗੜ੍ਹ ਦੇ ਜਿਹਨੂੰ ਜਿਹੜਾ ਮੋਹਾਲੀ ਵਿਚ ਦਾਖਲ ਕਰਵਾਇਆ ਗਿਆ। ਇਹ ਮਰੀਜ਼ ਆ ਜਿਹੜਾ ਇਟਲੀ ਤੋਂ ਆਇਆ, ਇਹਨਾਂ ਸਰਕਾਰ ਦਾ ਦਾਅਵਾ ਜਿਹੜੀ ਦੱਸਿਆ ਵੀ ਇਹ ਇਟਲੀ ਤੋਂ ਆਇਆ ਸੀਗਾ, ਜਿਸ ਕਰਕੇ ਇਹਦੇ ਵਿਚ ਜਾਣੀ ਕਿ ਜਿਹੜੀਆਂ ਵਾਇਰਸ ਆ ਇਹਦਾ ਪੋਜ਼ਿਟਿਵ ਪਾਇਆ, ਇਹਨੂੰ ਰੋਗ ਤੋਂ ਇਹ ਗ੍ਰਸਤ ਆ। ਇਸ ਕਰਕੇ ਕਿਤੇ ਨਾ ਕਿਤੇ ਜਿਹੜੀਆਂ ਸਾਰੀ ਜਗ੍ਹਾ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਆ ਵੀ ਤੁਸੀਂ ਉਹ ਪਬਲਿਕ ਵਾਲੀ ਜਗ੍ਹਾ ਤੇ ਨਾ ਜਾਵੇ, ਸਰਕਾਰ ਵੱਲੋਂ ਜਿਹੜੀਆਂ ਪਬਲਿਕ ਦੀਆਂ ਵੱਡੀਆਂ ਜਿਹੜੀਆਂ ਕਿਸਾਨ ਮੰਡੀਆਂ ਉਹ ਵੀ ਬੰਦ ਕਰਨ ਦੇ ਜਾਣੀ ਕਿ ਹੁਕਮ ਆ ਜਿਹੜੇ ਉਹ ਦਿੱਤੇ ਗਏ ਨੇ ਤਾਂ ਕਿ ਇਹ ਦੇਖੇ ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜਾ ਰੋਗ ਆ ਉਹ ਫੈਲਦਾ ਜਾ ਰਿਹਾ ਤੇ ਇਹਨੂੰ ਫੈਲਣ ਤੋਂ ਰੋਕਣ ਵਾਸਤੇ ਹੀ ਸਰਕਾਰ ਨੇ ਅਜਿਹੇ ਵੱਡੇ ਜਿਹੜੇ ਪ੍ਰਬੰਧ ਕੀਤੇ ਨੇ ਜੀ। ਤੇ ਨਾਲ ਹੀ ਇਹ ਦੱਸੋ ਜੀ ਕਿ ਆਹ ਜਿਹੜੀ ਰਾਜ ਸਭਾ ਦੀ ਚੋਣਾਂ ਦੇ ਵਾਸਤੇ ਨਾਮਜ਼ਦਗੀ ਪੱਤਰ ਭਰੇ ਗਏ ਨੇ, ਜਿਹੜੀਆਂ ਜਿਹੜੀਆਂ ਸੀਟਾਂ ਖਾਲੀ ਹੋਈਆਂ ਸੀ? ਦੇਖੋ ਇਹ ਜਿਹੜੀਆਂ ਸੀਟਾਂ ਤੀਆਂ ਅੱਜ ਜਿਹੜੀਆਂ ਮਤਲਬ ਲਾਸਟ ਡੇਟ ਸੀਗੀ ਕਾਗਜ਼ ਵਾਪਸ ਲੈਣ ਦੀ, ਉਹਦੇ ਵਿਚ ਬਿਹਾਰ ਨੂੰ ਹਰਿਆਣਾ ਤੇ ਇਹਦੇ ਵਿਚ ਪੱਛਮੀ ਬੰਗਾਲ
ਤੇ ਤਾਮਿਲਨਾਡੂ ਇਹ ਚਾਰ ਰਾਜਾਂ ਦੇ ਵਿਚ ਜਿਹੜੇ ਰਾਜ ਸਭਾ ਮੈਂਬਰ ਤੇ ਬਿਨਾਂ ਮੁਕਾਬਲੇ ਜਿੱਤੇ ਗਏ। ਬਿਹਾਰ ਦੇ ਵਿਚ 5 ਜੀ, ਹਰਿਆਣਾ ਦੇ ਵਿਚ 3, ਪੱਛਮੀ ਬੰਗਾਲ ਚ 5, ਤਾਮਿਲਨਾਡੂ ਦੇ ਵਿਚ 6 ਜਿਹੜੇ ਰਾਜ ਸਭਾ ਦੇ ਵਿਚ ਮੈਂਬਰ ਪਹੁੰਚਣ ਦੇ ਵਿਚ ਕਾਮਯਾਬ ਹੋ ਗਏ। ਦੇਸ਼ ਦੇ 17 ਜਿਹੜੇ ਸੂਬੇ ਦੇ ਉਹਨਾਂ ਦੇ ਵਿਚ 55 ਸੀਟਾਂ ਜਿਹੜੀਆਂ ਉਹ ਖਾਲੀ ਹੋਈਆਂ ਸਨ, ਜਿਨ੍ਹਾਂ ਤੇ ਜਿਹੜੀਆਂ ਚੋਣਾਂ ਵੋਟਾਂ ਉਹ 26 ਮਾਰਚ ਨੂੰ ਪਾਉਣੀਆਂ। 26 ਮਾਰਚ ਨੂੰ 9 ਵਜੇ ਵੋਟਾਂ ਪੈਣੀਆਂ ਤੇ 13 ਤਰੀਕ ਨੂੰ ਜਿਹੜੇ ਕਾਗਜ਼ ਭਰਨ ਦੀ ਆਖਰੀ ਜਿਹੜੀ ਤਰੀਕ ਸੀਗੀ ਤੇ ਅੱਜ 18 ਤਰੀਕ ਆ ਜਿਹੜੀ ਜਿਹੜੇ ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਗਏ ਆ ਇਹ ਉਹ ਉਮੀਦਵਾਰਾਂ ਵੱਲੋਂ ਅੱਜ ਵਾਪਸ ਲੈਣ ਦੀ ਅੱਜ ਆਖਰੀ ਡੇਟ ਸੀਗੀ। ਇਸ ਕਰਕੇ ਜਿੱਥੇ ਜਿੱਥੇ ਵਾਪਸੀ ਮਤਲਬ ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲਏ ਗਏ ਜਾਂ ਉਹਨਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਅੱਗੇ ਨਹੀਂ ਆਇਆ ਤਾਂ ਉੱਥੇ ਜਾਣ ਕੇ ਅੱਜ ਜਿਹੜਾ ਵਿਧਾਨ ਸਭਾ ਵੱਲੋਂ ਉਹਨਾਂ ਦਾ ਜਿਹੜਾ ਰਿਜ਼ਲਟ ਆ ਉਹ ਡਿਕਲੇਅਰ ਕਰ ਦਿੱਤਾ ਗਿਆ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਵੀ ਮਹਾਰਾਸ਼ਟਰ ਦੇ ਵਿਚ 7 ਸੀਟਾਂ ਤੇ ਚੋਣ ਹੋਣੀ ਸਨ, ਬਿਹਾਰ ਦੇ ਵਿਚ 5, ਉੜੀਸਾ ਦੇ ਵਿਚ 4, ਤਾਮਿਲਨਾਡੂ ਵਿਚ 6, ਪੱਛਮੀ ਬੰਗਾਲ ਚ 5, ਛੱਤੀਸਗੜ੍ਹ 2, ਗੁਜਰਾਤ ਵਿਚ 4, ਹਰਿਆਣਾ ਦੇ ਵਿਚ 2 ਸੀਟਾਂ ਖਾਲੀ ਹੋਣੀਆਂ ਸੀਗੀਆਂ ਤੇ ਇਕ ਇਹਨਾਂ ਦਾ ਪਿਛਲੀ ਵਾਰੀ ਭਾਜਪਾ ਦਾ ਆਗੂ ਆ ਜਿਹੜਾ ਕੇਂਦਰੀ ਮੰਤਰੀ ਸੀਗੇ ਉਹ ਮਤਲਬ ਅਸਤੀਫਾ ਦੇ ਗਏ ਸੀਗੇ। ਇਸ ਕਰਕੇ 3 ਸੀਟਾਂ ਹੋ ਗਈਆਂ, ਝਾਰਖੰਡ ਵਿਚ 2, ਰਾਜਸਥਾਨ ਦੇ ਵਿਚ 3, ਮੱਧ ਪ੍ਰਦੇਸ਼ ਦੇ ਵਿਚ 3 ਸੀਟਾਂ, ਜਾਣੀ ਕਿ ਕੁੱਲ 55 ਸੀਟਾਂ ਤੇ ਚੋਣ ਹੋਣੀ ਸੀ। ਤੇ ਇਸ ਤਰ੍ਹਾਂ ਜਿਹੜੇ ਬਿਹਾਰ ਦੇ ਵਿਚ 5, ਹਰਿਆਣਾ ਦੇ ਵਿਚ 3 ਤੇ ਪੱਛਮੀ ਬੰਗਾਲ ਤੇ ਤਾਮਿਲਨਾਡੂ ਦੇ ਵਿਚ ਜਾਣੀ ਕਿ ਜਿਹੜੇ ਨੁਮਾਇੰਦੇ ਨੇ ਉਹ ਬਿਨਾਂ ਮੁਕਾਬਲੇ ਜਿੱਤ ਕੇ ਉੱਥੇ ਪਹੁੰਚਣ ਦੇ ਵਿਚ ਰਾਜ ਸਭਾ ਵਿਚ ਪਹੁੰਚਣ ਵਿਚ ਕਾਮਯਾਬ ਹੋ ਗਏ। ਜਿਹੜੇ ਬਾਕੀ ਸੂਬੇ ਰਹਿ ਗਏ ਉਨ੍ਹਾਂ ਵਿਚ ਹੁਣ 26 ਤਰੀਕ ਨੂੰ ਜਿਹੜੀਆਂ ਇਹ ਵੋਟਾਂ ਪਾਈਆਂ ਜਾਣਗੀਆਂ। ਜੀ, ਸੋ ਵੋਟਾਂ ਪੈ ਜਾਣਗੀਆਂ ਤੇ ਨਤੀਜੇ ਸਾਹਮਣੇ ਆ ਜਾਣੇ ਬਾਅਦ ਦੇ ਵਿਚ। ਤੇ ਸ਼ਿਵਰ ਸਾਹਿਬ, ਜੇ ਓਵਰਆਲ ਆਪਾਂ ਦੇਖੀਏ, ਦੂਜੇ ਪਾਸੇ ਥੋੜੀ ਜਿਹੀ ਗੱਲ ਬੈਂਸ ਭਰਾਵਾਂ ਦੀ ਕਰ ਲਈਏ, ਪ੍ਰਗਟ ਸਿੰਘ ਹੋਰਾਂ ਦੀ ਸਰਗਰਮੀ ਦੀ ਕਰ ਲਈਏ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਦੀ ਸਰਗਰਮੀ ਦਿਖਾ ਦਿੱਤੀ ਹੈ, ਤੇ ਆਮ ਆਦਮੀ ਪਾਰਟੀ, ਜਿਹੜੀਆਂ 2-3 ਵੱਡੀਆਂ ਪਾਰਟੀਆਂ ਅਕਾਲੀ ਦਲ ਨਾਲ ਭਾਜਪਾ ਤੇ ਕਾਂਗਰਸ, ਇਨ੍ਹਾਂ ਨੂੰ ਛੱਡ ਦਈਏ, ਬਾਕੀ ਧਿਰਾਂ ਜਿਹੜੀਆਂ ਇਨ੍ਹਾਂ ਦੀ ਕਾਰਗੁਜ਼ਾਰੀ ਕਿਵੇਂ ਜੇ ਲੱਗਦੀ ਹੈ ਇਨ੍ਹਾਂ ਦਿਨਾਂ ਚ? ਦੇਖੋ ਸਿੱਧੂ ਸਾਹਿਬ, ਪਹਿਲਾਂ ਆਪਾਂ ਗੱਲ ਪ੍ਰਗਟ ਸਿੰਘ ਦੀ ਉਹਨਾਂ ਦੀ ਕਰਦੇ ਆ, ਕਿਉਂਕਿ ਆਪਾਂ ਆਪਣੇ ਸਰੋਤਿਆਂ ਨੂੰ ਬਿਲਕੁਲ ਤਾਜ਼ੀ ਜਿਹੜੀ ਖ਼ਬਰ ਆ ਉਹ ਦੱਸੀਏ। ਉਹ ਪ੍ਰਗਟ ਸਿੰਘ ਨੇ ਇੱਕ ਮੁੱਖ ਮੰਤਰੀ ਨੂੰ ਚਿੱਠੀ ਲਿਖੀ, ਵਟਸਐਪ ਪਰ ਭੇਜੀ ਆ। ਉਹ ਚਿੱਠੀ, ਕਿਉਂਕਿ ਉਹਨਾਂ ਪਹਿਲੀ ਜਿਹੜੀ ਚਿੱਠੀ ਭੇਜੀ ਸੀ ਲੰਬੀ ਚੌੜੀ, ਉਹ ਬਹੁਤ ਚਰਚਾ ਚ ਰਹੀ ਮੀਡੀਆ ਦੇ ਵਿਚ, ਲੰਬਾ ਚੌੜਾ। ਉਹਨਾਂ ਨੇ ਜਿਹੜੇ ਸਵਾਲ ਕੀਤੇ ਸੀਗੇ ਕੈਪਟਨ ਅਮਰਿੰਦਰ ਸਿੰਘ ਨੂੰ, ਰਾਜਸੀ ਤੌਰ ਤੇ ਘੇਰਨ ਦਾ ਯਤਨ ਕੀਤਾ, ਵਕਤ ਵੀ ਪਾਤਾ, ਪੂਰੇ ਚਰਚਾ ਦੇ ਵਿਚ ਰਹੇ, ਵਿਧਾਨ ਸਭਾ ਦੇ ਵਿਚ ਵੀ ਸਵਾਲ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਮਿਲਣ ਦਾ ਸਮਾਂ ਵੀ ਦਿੱਤਾ। ਹੁਣ ਜਿਹੜੀ ਉਹਨਾਂ ਨੇ ਤਾਜ਼ਾ ਚਿੱਠੀ ਲਿਖੀ ਆ, ਜਿਹੜਾ ਬਰਗਾੜੀ ਮਾਮਲਾ ਹੈ, ਜਿਹੜਾ ਇਹਦੇ ਦੋਸ਼ੀ ਨੇ, ਇਹਨਾਂ ਦੋਸ਼ੀਆਂ ਨੇ ਸੁਪਰੀਮ ਕੋਰਟ ਦੇ ਵਿਚ ਇੱਕ ਐਪਲੀਕੇਸ਼ਨ ਪਾਈ ਆ, ਪਟੀਸ਼ਨ ਪਾਈ ਆ ਕਿ ਮੁਲਜ਼ਮ ਨੇ ਹਲੇ ਉਹ ਜੀ ਜੀ ਸਰਕਾਰ ਵੱਲੋਂ, ਚਲੋ ਦੋਸ਼ੀ ਸਰਕਾਰ, ਕਥਿਤ ਦੋਸ਼ੀ ਆਪਾਂ ਕਹਿ ਦਿੰਦੇ ਆ, ਹਾਂ ਕਥਿਤ ਦੋਸ਼ੀ ਕਹਿੰਦੇ ਆ, ਉਹਨਾਂ ਨੇ ਜਿਹੜੇ ਉਹਨਾਂ ਨੇ ਇੱਕ ਅਪੀਲ ਪਾਈ ਆ, ਉੱਥੇ ਪਟੀਸ਼ਨ ਪਾਈ ਆ ਕਿ ਸਾਨੂੰ ਜਿਹੜੇ ਸਾਡੇ ਮਾਮਲੇ ਨੇ ਉਹ ਦੂਸਰੀਆਂ ਜਿਹੜੀਆਂ ਪੰਜਾਬ ਦੇ ਜ਼ਿਲ੍ਹਾ ਉਹ ਆ ਕੋਟਾ, ਮਤਲਬ ਪੰਜਾਬ ਤੋਂ ਬਾਹਰ ਜਿਹੜੀਆਂ ਕਈ ਅਦਾਲਤਾਂ, ਉਹਨਾਂ ਦੇ ਵਿਚ ਮਾਮਲਾ ਜਿਹੜਾ ਸਾਡੇ ਕੇਸ ਆ ਉਹ ਸ਼ਿਫਟ ਕੀਤੇ ਜਾਣ ਇਸ ਮਾਮਲੇ ਨੂੰ ਲੈ ਕੇ, ਕਿਉਂਕਿ ਬਹੁਤ ਇਹ ਗੰਭੀਰ ਮਾਮਲਾ ਹੈ ਤੇ ਇਹ ਕਿਤੇ ਨਾ ਕਿਤੇ ਜਿਹੜੀ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਇਹ ਸਰਕਾਰ ਪਰ ਟਿਕੀਆਂ ਹੋਈਆਂ ਜਾਂ ਵੀ ਸਰਕਾਰ ਕੀ ਕਰਦੀ ਆ। ਉਹਨਾਂ ਨੇ ਇੱਕ ਚਿੱਠੀ ਆ ਜਿਹੜੀ ਵਟਸਐਪ ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਿਖੀ ਆ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਇਸ ਮਾਮਲੇ ਦੀ ਬਹੁਤ ਜ਼ੋਰਦਾਰ ਢੰਗ ਨਾਲ ਪੈਰਵਾਈ ਕਰਨੀ ਚਾਹੀਦੀ ਆ, ਕਿਉਂਕਿ ਜੇਕਰ ਸੁਪਰੀਮ ਕੋਰਟ ਵਿਚ ਜਾਂ ਸੁਪਰੀਮ ਕੋਰਟ ਵਿਚ ਸਰਕਾਰ ਵੱਲੋਂ ਆਪਣੀ ਸਥਿਤੀ ਆ ਜਿਹੜੀ ਸਪਸ਼ਟ ਨਹੀਂ ਕੀਤੀ ਜਾਂਦੀ ਜਾਂ ਜ਼ੋਰਦਾਰ ਢੰਗ ਨਾਲ ਆਵਾਜ਼ ਨਹੀਂ ਰੱਖੀ ਜਾਂਦੀ, ਜੇਕਰ ਸੁਪਰੀਮ ਕੋਰਟ ਵੱਲੋਂ ਇਹ ਕਿਹੜੇ ਜਿਹੜੇ ਕਥਿਤ ਦੋਸ਼ੀ ਨੇ ਜੇ ਇਹਨਾਂ ਦੇ ਕੇਸ ਦੂਸਰੀਆਂ ਰਾਜਾਂ ਦੀਆਂ ਜਿਹੜੀਆਂ ਅਦਾਲਤਾਂ ਵਿਚ ਬਦਲ ਦਿੱਤੇ ਗਏ ਤਾਂ ਇਹ ਪੰਜਾਬ ਸਰਕਾਰ ਵਾਸਤੇ ਇੱਕ ਵੱਡੀ ਨਮੋਸ਼ੀ ਵਾਲਾ ਸਾਹਮਣਾ ਵਾਲਾ ਮਾਮਲਾ ਹੋਵੇਗਾ, ਗੱਲ ਹੋਵੇਗੀ। ਇਸ ਕਰਕੇ ਉਹਨਾਂ ਨੇ ਇਹ ਚਿੱਠੀ ਲਿਖੀ ਤਾਂ ਕੁਝ ਦੇਰ ਬਾਅਦ ਹੀ ਵੀ ਅੱਧੇ ਘੰਟੇ ਦੇ ਵਿਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵਟਸਐਪ ਤੇ ਜਿਹੜਾ ਆਪਣਾ ਪ੍ਰਗਟ ਸਿੰਘ ਉਹਨਾਂ ਨੂੰ ਜਵਾਬ ਵੀ ਦੇ ਤਾ
ਤੇ ਨਾਲ ਦੀ ਨਾਲ ਇਹ ਵੀ ਗੱਲ ਕਹਿਤੀ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਸਾਡੇ ਐਡਵੋਕੇਟ ਨੇ ਅਸੀਂ ਉਹਨਾਂ ਦੀ ਡਿਊਟੀ ਲਾ ਦਿੱਤੀ, ਸਰਕਾਰ ਆਪਣਾ ਪੱਖ ਆ ਜਿਹੜਾ ਉਸ ਨੂੰ ਗੰਭੀਰਤਾ ਦੇ ਨਾਲ ਉੱਥੇ ਰੱਖੇਗੀ। ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਆ ਵੀ ਪ੍ਰਗਟ ਸਿੰਘ ਵੱਲੋਂ ਜਿਹੜੀ ਕਿ ਪਹਿਲਾਂ ਜਾਣੀ ਕਿ ਜਿਹੜੀ ਪੈਨਲਟੀ ਕਾਰਨਰ ਮਾਰਿਆ ਗਿਆ ਤਾਂ ਉਹਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਜ਼ਰੂਰ ਕਿਤੇ ਨਾ ਕਿਤੇ ਗੰਭੀਰ ਹੋਏ ਨੇ, ਕਿਉਂਕਿ ਉਸ ਤੋਂ ਪਹਿਲਾਂ ਆਪਣੇ ਜਾਖੜ ਸਾਹਿਬ ਆ ਜਿਹੜੇ ਉਹ ਵੀ ਸਰਕਾਰ ਨੂੰ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਪਰ ਲਗਾਤਾਰ ਸਵਾਲ ਉੱਠਦੇ ਆ ਰਹੇ ਚੱਕਦੇ ਆ ਰਹੇ ਨੇ। ਆਮ ਆਦਮੀ ਪਾਰਟੀ ਵੀ ਬਿਆਨਬਾਜ਼ੀ ਪਰ ਮਤਲਬ ਸਰਕਾਰ ਨੂੰ ਘੇਰਨ ਲੱਗੀ ਹੋਈ ਹੈ, ਜਿਵੇਂ ਕਿ ਤੁਸੀਂ ਲੋਕ ਇਨਸਾਫ਼ ਪਾਰਟੀ ਦੇ ਜਿਹੜੇ ਵਿਧਾਇਕ ਨੇ ਸਿਵਲ ਅਜੀਤ ਸਿੰਘ ਬੈਂਸ ਭਰਾਵਾਂ ਦੀ ਗੱਲ ਕੀਤੀ, ਉਹ ਵੀ ਲਗਾਤਾਰ ਵੱਖ ਵੱਖ ਮੁੱਦਿਆਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਘੇਰਦੇ ਆ ਰਹੇ ਨੇ, ਚਾਹੇ ਉਹ ਟਰਾਂਸਪੋਰਟ ਮਾਫੀਆ ਦੀ ਗੱਲ ਹੋਵੇ, ਚਾਹੇ ਉਹ ਮਾਈਨਿੰਗ ਮਾਫੀਆ ਦੀ ਗੱਲ ਹੋਵੇ, ਜਾਂ ਜਿਹੜਾ ਦਫ਼ਤਰਾਂ ਦੇ ਵਿਚ ਭ੍ਰਿਸ਼ਟਾਚਾਰ ਫੈਲਿਆ ਹੋਵੇ, ਉਸ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਹੜੇ ਬੈਂਸ ਭਰਾਵਾਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ। ਇਸ ਕਰਕੇ ਜਿਹੜੇ ਆਉਣ ਵਾਲਾ ਸਮਾਂ ਜੀ, ਕਿਉਂਕਿ 2022 ਦੇ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ, ਇਸ ਕਰਕੇ ਜਿਹੜਾ ਸਿਆਸੀ ਮਾਹੌਲ ਆ ਆਮ ਤੌਰ ਇਕ ਸਾਲ ਪਹਿਲਾਂ ਜਿਹੜਾ ਮਾਹੌਲ ਭਖਣਾ ਸ਼ੁਰੂ ਹੋ ਜਾਂਦਾ, ਪਰ ਕਿਉਂਕਿ ਹਲੇ ਵੀ ਹਾਲਾਤ ਆ ਜਿਹੜੇ ਕਿਸੇ ਪਾਸੇ ਕੁਝ ਬਣ ਨਹੀਂ ਰਹੇ ਗੇ, ਸਾਰੀਆਂ ਧਿਰਾਂ ਦੀਆਂ ਜਿਹੜੀਆਂ ਨਜ਼ਰਾਂ ਉਹ 2022 ਉੱਪਰ ਟਿਕੀਆਂ ਹੋਈਆਂ, ਇਸ ਕਰਕੇ ਕੋਈ ਧਿਰ ਪਿੱਛੇ ਰਹਿਣ ਦੀ ਬਜਾਏ ਆਪਣੀਆਂ ਜਿਹੜੀਆਂ ਸਿਆਸੀ ਸਰਗਰਮੀਆਂ ਉਹ ਵਧਾਉਣਾ ਚਾਹੁੰਦੀਆਂ। ਅਕਾਲੀ ਦਲ ਪਹਿਲਾਂ ਹੀ ਹਾਸ਼ੀਏ ਪਰ ਗਿਆ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੋ ਗਿਆ, ਚਾਹੇ ਜਿਹੜਾ ਮਾਫੀਆ ਰਾਜ ਹੋ ਗਿਆ ਜਾਂ ਮੈਨੀ ਮਾਫੀਆ ਹੋ ਗਿਆ, ਡਰੱਗ ਦਾ ਮਾਮਲਾ ਹੋ ਗਿਆ, ਕਈ ਮੁੱਦੇ ਅਜਿਹੇ ਨੇ ਜਿਹੜੇ ਅਕਾਲੀ ਦਲ ਦਾ ਖਹਿੜਾ ਨਹੀਂ ਛੱਡ ਰਹੇ, ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਹੇ। ਅਕਾਲੀ ਆਗੂ ਜਿੰਨਾ ਮਰਜ਼ੀ ਹੁਣ, ਹਾਲਾਂਕਿ ਉਹ ਚਾਹੇ ਸੱਚ ਵੀ ਬੋਲਣ, ਪਰ ਲੋਕ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਰੇ। ਗੱਲ ਅਜਿਹੀ ਉਹ ਬਣਦੀ ਆ ਰਹੀ ਆ, ਜੇਕਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਹੁਣ ਸਮਾਂ ਰਹਿੰਦੇ ਕੋਈ ਅਜਿਹੇ ਕਦਮ ਨਾ ਚੁੱਕੇ ਗਏ ਤਾਂ ਲੋਕਾਂ ਨੇ ਆਉਣ ਵਾਲੇ ਸਮੇਂ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਵੀ ਵਿਸ਼ਵਾਸ ਕਰਨਾ ਬੰਦ ਕਰ ਦੇਣਾ, ਕਿਉਂਕਿ ਜਿਹੜੀ ਰਾਜਨੀਤੀ ਆ ਰਾਜਨੀਤੀ ਦੇ ਵਿਚ ਤੁਸੀਂ ਬਹੁਤੀ ਦੇਰ ਤੱਕ ਲੋਕਾਂ ਨੂੰ ਮਤਲਬ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਨਹੀਂ ਸਕਦੇ। ਲੋਕ ਆ ਜਿਹੜੇ ਕਿਤੇ ਨਾ ਕਿਤੇ ਜ਼ਰੂਰ ਸੋਚਦੇ ਨੇ, ਆਪਣਾ ਜਵਾਬ ਜ਼ਰੂਰ ਮੰਗਦੇ ਨੇ, ਇਸ ਕਰਕੇ ਵੋਟਾਂ ਲੋਕਾਂ ਕੋਲ ਇੱਕੋ ਸ਼ਕਤੀ ਹੁੰਦੀ ਆ, ਜਦੋਂ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ, ਨਹੀਂ ਉਹਨਾਂ ਨੂੰ ਇਨਸਾਫ਼ ਮਿਲਦਾ, ਜਾਂ ਉਹਨਾਂ ਨੂੰ ਲੱਗਦਾ ਵੀ ਸਾਡੀ ਸਰਕਾਰ ਨੇ ਜੋ ਅਸੀਂ ਚਾਹੁੰਦੇ ਸੀਗੇ ਜਾਂ ਜੋ ਸਮਾਜ ਚਾਹੁੰਦਾ ਸੀਗਾ ਉਹ ਸਰਕਾਰ ਨੇ ਆਪਣੀ ਕਹਿਣੀ ਤੇ ਕਥਨੀ ਦੇ ਮੁਤਾਬਕ ਜਿਹੜੀਆਂ ਪਾਰਟੀਆਂ ਨੇ ਫੈਸਲੇ ਨਹੀਂ ਲਿੱਤੇ, ਤਾਂ ਲੋਕਾਂ ਕੋਲ ਇੱਕੋ ਹਥਿਆਰ ਹੁੰਦਾ, ਉਹ ਹੁੰਦਾ ਵੋਟ ਦਾ। ਜਦੋਂ ਫਿਰ ਵੋਟਾਂ ਹੁੰਦੀਆਂ ਨੇ, ਵੋਟਾਂ ਪੈਣੀਆਂ ਨੇ, ਫਿਰ ਉਹ ਆਪਣੇ ਹਥਿਆਰ ਨੂੰ ਵਰਤ ਕੇ ਸਰਕਾਰ ਦੇ ਖਿਲਾਫ਼ ਭੁਗਤਦੀਆਂ ਨੇ ਤੇ ਜਾਂ ਪੋਲੀਟੀਕਲ ਪਾਰਟੀਆਂ ਨੂੰ ਸਬਕ ਸਿਖਾਉਂਦੀਆਂ ਨੇ ਤੇ ਇੱਕ ਨਵਾਂ ਰਾਹ ਚੁਣ ਕੇ ਨਵੀਂ ਪਾਰਟੀ ਦੇ ਹੱਕ ਵਿਚ ਫਤਵਾ ਦਿੰਦੀਆਂ ਨੇ। ਇਸ ਕਰਕੇ ਜੇਕਰ ਕੈਪਟਨ ਅਮਰਿੰਦਰ ਸਿੰਘ ਜਿਵੇਂ ਕਿ ਉਹਨਾਂ ਨੇ ਕੱਲ ਦਾਅਵਾ ਕੀਤਾ ਕਿ ਅਸੀਂ ਜਿੱਤਾਂਗੇ, ਉਹ ਉਦੋਂ ਹੀ ਜਿੱਤੋਗੇ ਜੇ ਸੱਚਮੁੱਚ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਲੋਕ ਪੱਕੀ ਫੈਸਲੇ ਲੈਣਗੇ। ਜੀ ਜੀ ਬਿਲਕੁਲ, ਗੱਲ ਤਾਂ ਲੋਕ ਪੱਕੀ ਫੈਸਲਿਆਂ ਦੀ ਤੇ। ਬਹੁਤ ਮਿਹਰਬਾਨੀ ਛਿਬਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਛਿਬਰ ਸਾਹਿਬ ਜੀ, ਜੀ ਬਹੁਤ ਧੰਨਵਾਦ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਇਹ ਸੀ ਸਾਡੇ ਟੀਮ ਮੈਂਬਰ ਜੈ ਸਿੰਘ ਛਿਬਰ। ਆਪਾਂ ਬ੍ਰੇਕ ਲੈ ਕੇ ਹੁਣ ਅਗਲੀ ਗੱਲ ਕਰਦੇ ਹਾਂ, ਸੁਣਦੇ ਰਹੋ ਰੇਡੀਓ ਚੰਨ ਪਰਦੇਸੀ।